ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜ ਜਿਹਦੇ ਵਿੱਚ ਅਹਿਮ ਫੈਸਲੇ ਲਏ ਗਏ ਨੇ ਖਾਸ ਤੌਰ ਦੇ ਉੱਤੇ ਇੱਕ ਬੀਜ ਐਪ ਲਾਂਚ ਕੀਤੀ ਗਈ ਹੈ ਜਿਸ ਦੇ ਰਾਹੀਂ ਕਿਸਾਨਾਂ ਨੂੰ ਪਤਾ ਲੱਗੇਗਾ ਕਿ ਬੀਜ ਕਿਸ ਕੁਆਲਿਟੀ ਦਾ ਹੈ ਕਿਹੜਾ ਬੀਜ ਸਹੀ ਹੈ ਤੇ ਕਿਹੜਾ ਗਲਤ ਹੈ ਤੇ ਕਿਸਾਨਾਂ ਦੀ ਕਿਸਾਨ ਆਗੂਆਂ ਦੀ رائے ਲਈ ਜਾਏਗੀ ਸੁਝਾਅ ਲਏ ਜਾਣਗੇ ਕਿ ਪਾਲਿਸੀ ਕਿਸ ਤਰ੍ਹਾਂ ਦੀ ਬਣਾਈ ਜਾਵੇ ਤੇ ਸਾਡੀ ਕੋਸ਼ਿਸ਼ ਹੈ ਕਿ 31 ਮਾਰਚ ਤੱਕ ਅਸੀਂ ਨਵੀਂ ਕਿਸਾਨ ਪਾਲਿਸੀ ਬਣਾ ਦਈਏ ਤੇ ਉਸ ਨੂੰ ਲਾਗੂ ਕਰ ਦੇਈਏ ਅਜੇ ਮੌਕੇ ਧਾਲੀਵਾਲ ਸਾਹਿਬ ਇਸ ਗੱਲ ਨੂੰ ਕਿਉਂ ਪੁੱਲ ਗਏ ਕਿ ਜਿਹੜਾ 20 ਲੱਖ ਨਰਮੇਦਾ ਬੀਜ ਆਇਆ ਗੁਜਰਾਤ ਤੋਂ ਉਹਦੇ ਬਾਰੇ ਕੀ ਚਿਰ ਬਾਰੇ ਹੈ ਉਹਨਾਂ ਦਾ ਗੱਲ ਤਾਂ ਕੁਆਲਿਟੀ ਦੀ ਹੈ ਨੀਅਤ ਦੀ ਹੈ ਉਹ ਭਾਵੇਂ ਐਪ ਜਾਰੀ ਕਰ ਦਿਓ ਜਾਂ ਕੁਝ ਹੋਰ ਜਾਰੀ ਕਰ ਦਿਓ ਉਹਦੀ ਗੁਣਵੱਤਾ ਹੈ ਇਹ ਫਿਲਹਾਲ ਜਿਹੜੀ ਵੱਡੀ ਅਪਡੇਟ ਹੈ ਉਹ ਇਹ ਆ ਰਹੀ ਹੈ ਕਿ ਭਾਜਪਾ ਉਮੀਦਵਾਰ ਸੀਗੇ ਅਨੂਪ ਗੁਪਤਾ ਉਹ ਮੇਅਰ ਬਣ ਗਏ ਨੇ ਤੇ ਇਹਨਾਂ ਦੇ ਮੁਕਾਬਲੇ ਦੇ ਚਾਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਲਾਡੀ ਖੜੇ ਸੀ ਜੋ ਪਛੜ ਗਏ ਬੀਬੀ ਅਕਰਨ ਖੇਰ ਉਹਨੇ ਭਾਰਤੀ ਜਨਤਾ ਪਾਰਟੀ ਦੇ ਨਮਾਇਦੇ ਨੂੰ ਵੋਟ ਪਾਉਣੀਆਂ ਪਾਉਣੀ ਸੀ ਜਿਹਦੇ ਕਰਕੇ ਉਹ ਪਲੜਾ ਉਧਰ ਨੂੰ ਝੁਕ ਗਿਆ ਅਸੀਂ ਇਸ ਗੱਲ ਤੇ ਤਾਂ ਸੰਤੁਸ਼ਟੀ ਜ਼ਾਹਰ ਕਰਦੇ ਹਾਂ ਕਿ ਬੜਾ ਹੱਲਾ ਗੁੱਲਾ ਦਿਖਾਇਆ ਜਾ ਰਿਹਾ ਸੀ ਪਰ ਅਸੀਂ ਇਸ ਗੱਲ ਤੇ ਸੰਤੁਸ਼ਟੀ ਪ੍ਰਗਟ ਕਰਦੇ ਹਾਂ ਕਿ ਲੋਕਤੰਤਰ ਪ੍ਰਣਾਲੀ ਦੇ ਨਾਲ ਵੋਟ ਪੈ ਗਿਆ। ਸਿੰਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਪਿੰਡ ਜਵਾਰਕੇ ਦੇ ਵਿੱਚ। ਤੇ ਇਸੇ ਦੇ ਚੱਲਦਿਆਂ ਕੱਲ ਸਿਰਸਾ ਦੇ ਵਿੱਚ ਇੱਕ ਗੈਂਗਵਾਰ ਹੋਈ ਸੀ ਜਿਦੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਿਦੇ ਵਿੱਚੋਂ ਇੱਕ ਦਾ ਨਾਮ ਦੀਪੂ ਕਾਲਾਂਵਾਲੀ ਸੀ ਤੇ ਇੱਕ ਉਹਦਾ ਸਾਥੀ। ਦੇਖੋ ਭਾਵੇਂ ਸਿਰਸਾ ਹੋਵੇ ਭਾਵੇਂ ਹਸਾਰ ਹੋਵੇ ਤੇ ਭਾਵੇਂ ਹੋਵੇ ਮੂਸੇਵਾਲਾ। ਹੂੰ। ਇਹ ਜਿਹੜਾ ਗੈਂਗਸਟਰ ਵਾਰ ਹੈ ਇਹ ਨਿਰੰਤਰ ਵਧਣਾ ਸ਼ੁਰੂ ਹੋ ਗਿਆ। ਕਾਰਨ ਕੀ ਨੇ? ਗਿਨਾ ਕਾਰਨਾ ਕਰਕੇ ਇਹ ਲੋਕ ਹੱਥਾਂ 'ਚ ਹਥਿਆਰ ਚੱਕੀ ਫਿਰਦੇ ਨੇ ਜਦੋਂ ਤੱਕ ਅਸੀਂ ਉਹ ਕਾਰਨ ਲੱਭ ਕੇ ਉਹਦਾ ਹੱਲ ਨਹੀਂ ਕਰਾਂਗੇ ਇਹ ਘਟਨਾ ਨਹੀਂ ਵਾਧੇ ਜਾਏਗੀ ਕਲ ਸਾਹਿਬ ਖਬਰਾਂ ਕਈ ਅਹਿਮ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਖਾਸ ਤੌਰ ਦੇ ਉੱਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਕਿਸਾਨਾਂ ਵਾਸਤੇ ਇੱਕ ਨਵੀਂ ਐਪ ਲਾਂਚ ਕਰ ਦਿੱਤੀ ਹੈ ਤੇ ਉਸ ਤੋਂ ਇਲਾਵਾ ਹੋਰ ਵੀ ਵੱਡਾ ਐਲਾਨ ਕੀਤਾ ਹੈ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ YouTube ਚੈਨਲ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਉਹਦੇ ਉੱਤੇ ਵੀ ਚਰਚਾ ਕਰਾਂਗੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਦੇ ਵਿੱਚ ਹੈ ਉਦੇ ਤੇ ਗੱਲ ਕਰਾਂਗੇ ਜਿਮਣੀ ਚੋਣ ਹੋਣ ਵਾਲੀ ਹੈ ਤੇ ਨਾਲ ਹੀ ਨੌ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਵਿਗਲ ਵੱਜਣ ਵਾਲਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਨੇ ਤੇ ਸਭ ਤੋਂ ਪਹਿਲਾਂ ਵੱਡੀ ਤੇ ਅਹਿਮ ਖਬਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਹ ਹੈ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਦੇ ਵਿੱਚ ਅਹਿਮ ਫੈਸਲੇ ਲਏ ਗਏ ਨੇ ਖਾਸ ਤੌਰ ਦੇ ਉੱਤੇ ਇੱਕ ਬੀਜ ਐਪ ਲਾਂਚ ਕੀਤੀ ਗਈ ਹੈ ਜਿਸ ਦੇ ਰਾਹੀਂ ਕਿਸਾਨਾਂ ਨੂੰ ਪਤਾ ਲੱਗੇਗਾ ਕਿ ਬੀਜ ਕਿਸ ਕੁਆਲਟੀ ਦਾ ਹੈ ਕਿਹੜਾ ਬੀਜ ਸਹੀ ਹੈ ਤੇ ਕਿਹੜਾ ਗਲਤ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਅਸੀਂ 12 ਫਰਵਰੀ ਨੂੰ ਇੱਕ ਮੀਟਿੰਗ ਸੱਦਾਂਗੇ ਇਸ ਮੀਟਿੰਗ ਦੇ ਵਿੱਚ ਨਵੀਂ ਨੀਤੀ ਬਣਾਉਣੀ ਆ ਉਹਦੇ ਬਾਰੇ ਵਿਚਾਰ ਚਰਚਾ ਹੋਵੇਗੀ ਮੁੱਖ ਮੰਤਰੀ ਦੇ ਜਿਹੜੇ ਭਗਵੰਤ ਸਿੰਘ ਮਾਨ ਨੇ ਸਾਡੇ ਉਹ ਵੀ ਇਸ ਦੇ ਵਿੱਚ ਸ਼ਿਰਕਤ ਕਰਨਗੇ ਤੇ ਕਿਸਾਨਾਂ ਦੀ ਕਿਸਾਨ ਆਗੂਆਂ ਦੀ رائے ਲਈ ਜਾਏਗੀ ਸੁਝਾਅ ਲਏ ਜਾਣਗੇ ਕਿ ਪਾਲਿਸੀ ਕਿਸ ਤਰ੍ਹਾਂ ਦੀ ਬਣਾਈ ਜਾਵੇ ਤੇ ਸਾਡੀ ਕੋਸ਼ਿਸ਼ ਹੈ ਕਿ 31 ਮਾਰਚ ਤੱਕ ਅਸੀਂ ਨਵੀਂ ਕਿਸਾਨ ਪਾਲਿਸੀ ਬਣਾ ਲਈਏ ਤੇ ਉਸ ਨੂੰ ਲਾਗੂ ਕਰ ਦਈਏ ਜੀਤਲ ਸਾਹਿਬ ਕੱਲ੍ਹ ਦੋ ਮਹੱਤਵਪੂਰਨ ਬੈਠਕਾਂ ਹੋਈਆਂ ਨੇ ਇੱਕੇ ਬੈਠਕ ਜਿਹੜੀ ਤੁਸੀਂ ਦੱਸ ਰਹੇ ਹੋ ਜਿਹਦੇ ਵਿੱਚ ਇਹ ਬੀਜ ਐਪ ਜਾਰੀ ਕੀਤਾ ਗਿਆ ਕਿ ਇਹਦੇ ਉੱਤੇ ਕਿਸਾਨਾਂ ਨੂੰ ਵਧੀਆ ਤੋਂ ਵਧੀਆ ਬੀਜਾਂ ਬਾਰੇ ਜਾਣਕਾਰੀ ਦੇਵਾਂਗੇ ਅਜੇ ਮੌਕੇ ਧਾਲੀਵਾਲ ਸਾਹਿਬ ਇਸ ਗੱਲ ਨੂੰ ਕਿਉਂ ਪੁੱਲ ਗਏ ਕਿ ਜਿਹੜਾ 20 ਲੱਖ ਨਰਮੇ ਦਾ ਬੀਜ ਆਇਆ ਗੁਜਰਾਤ ਤੋਂ ਉਹਦੇ ਬਾਰੇ ਕੀ ਚਿਰ ਬਾਰੇ ਹੈ ਉਹਨਾਂ ਦਾ ਉਸ ਬੀਜ ਨੇ ਕਿਸਾਨ ਰਗੜ ਤੇ ਗਲਤ ਕੁਆਲਿਟੀ ਦੀ ਹੈ ਨੀਅਤ ਦੀ ਹੈ ਉਹ ਭਾਵੇਂ ਐਪ ਜਾਰੀ ਕਰ ਦਿਓ ਜਾਂ ਕੁਝ ਹੋਰ ਜਾਰੀ ਕਰ ਦਿਓ ਉਹਦੀ ਗੁਣਵੱਤਾ ਹੈ ਬੰਨ ਸਮਝ ਤੋਂ ਬਾਹਰ ਹੈ ਕਿ ਆ ਲਾਂਚ ਕਰਾਂਗੇ ਉਹ ਕਰਾਂਗੇ ਫਲਾਨਾ ਕਰਾਂਗੇ ਢਮਕਾ ਕਰਾਂਗੇ ਹੁਣ ਕਹਿੰਦੇ ਆ ਕਿ 12 ਫਰਵਰੀ ਨੂੰ ਇੱਕ ਮੀਟਿੰਗ ਹੋਵੇਗੀ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਸੱਦਿਆ ਜਾਵੇਗਾ ਉਹਦੇ ਵਿੱਚ ਭਗਵੰਤ ਸਿੰਘ ਮਾਨ ਵੀ ਬੈਠਣਗੇ ਖੇਤੀ ਬਾੜ ਵੀ ਬੈਠਣਗੇ ਆ ਜਿਹੜੇ ਕਥਤ ਮਾਹਰ ਨੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹਨੂੰ ਰਗੜਦਾ ਇਹਨਾਂ ਨੇ ਇਹ ਕਹਿਤਾ ਕਿ ਜਲਦੀ ਅਸੀਂ ਲਾਂਚ ਕਰਾਂਗੇ ਤੇ 11 ਮੈਂਬਰੀ ਇੱਕ ਕਮੇਟੀ ਬਣਾਤੀ ਹੈ ਚਲੋ ਚੰਗੀ ਗੱਲ ਹੈ ਇਸ ਗੱਲ ਦੀ ਮੈਂ ਛਲਾਗਾ ਕਰਦਾ ਕਿ ਘੱਟੋ-ਘੱਟ ਇਹ ਸਰਕਾਰ ਨੇ ਖੇਤੀ ਦੀ ਨੀਤੀ ਵਾਸਤੇ ਇੱਕ ਕਮੇਟੀ ਤਾਂ ਬਣਾਈ ਔਰ ਇਹ ਬਾਅਦ ਦੇ ਵਿੱਚ ਕਿਸਾਨ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਜਾਰੀ ਕੀਤਾ ਕਾਦੂ ਫਿਰ ਕਿਸਾਨ ਦੋਸ਼ੀ ਨਹੀਂ ਹੋਣਗੇ ਇਹ ਨਹੀਂ ਕਹਿਣਗੇ ਕਿ ਅਧਿਕਾਰੀ ਦੋਸ਼ੀ ਹੈ ਨੀਤੀ ਚਾਹ ਨੁਕਸ ਹੈ ਨੀਤੀ ਬਾਰੇ ਇੱਕ ਮੀਟਿੰਗ ਨਹੀਂ ਘਟੋ ਘਟ 10 ਮੀਟਿੰਗਾਂ ਕਰੋ ਜਿਹੜੇ ਸੁਝਾਅ ਪਹਿਲੇ ਚਾਉਣ ਕੋਈ ਕਵੀਆਂ ਹੋਣ ਦੂਜੀ ਤੀਜੀ ਚੌਥੀ ਪੰਜਵੀਂ ਨੌਵੀਂ ਦਸਵੀਂ ਇਹ ਗੱਲ ਹੈ ਕਿਸਾਨ ਪੁੱਛਦੇ ਆ ਇਹਨਾਂ ਨੂੰ ਕਿ ਤਜਰਬਾ ਤਾਂ ਤੁਸੀਂ ਇੱਥੇ ਬਿਊਟੀ ਕਾਟਨ ਦਾ ਵੀ ਕਰਾਇਆ ਸੀ ਕੀ ਹੋਇਆ ਪੈਸਟੀਸਾਈਡ ਦਾ ਛੜਕਾ ਵਧ ਗਿਆ ਬਹੁਤ ਸਾਰੇ ਸਾਡੇ ਮਿੱਤਰ ਦਰਖਤ ਖਾਸ ਕਰਕੇ ਕਰ ਨਿੰਮ ਚਿੜੀਆਂ ਇਹ ਲੋਪ ਹੋ ਗਈਆਂ ਅੱਗੇ ਅਕਸਰ ਚਿੜੀਆਂ ਘਰਾਂ ਦੇ ਵਿੱਚ ਬੈਠੀਆਂ ਮਿਲਦੀਆਂ ਸਨ ਉਹ ਲੱਭਤ ਗਈ ਨਹੀਂ ਖੇਤੀਬਾੜੀ ਵਿਭਾਗ ਦੇ ਕਿਸੇ ਬਾਹਰ ਨੇ ਇਹ ਤੇ ਦੱਸਿਆ ਦੂਜੇ ਪਾਸੇ ਜੀਐਮ ਸਰੋਂ ਦੇ ਉੱਤੇ ਇੱਕ ਵੱਡੀ ਮੀਟਿੰਗ ਸਪੀਕਰ ਕੁਲਤਾਰ ਸਿੰਘ ਸਤਵਾਂ ਦੀਗਵਾਈ ਦੇ ਵਿੱਚ ਕਰਾਈ ਗਈ ਜਿੱਥੇ ਕਿਸਾਨ ਆਗੂਆਂ ਨੇ ਦਲੀਲਾਂ ਨਾਲ ਇਹਨਾਂ ਮਾਰਾਂ ਨੂੰ ਘੇਰਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਕੁਲਪਤੀ ਡਾਕਟਰ ਗੋਸਲ ਉਹ ਨਿਰੁੱਤਰ ਸਨ ਜਦੋਂ ਇਹ ਪੁੱਛਿਆ ਗਿਆ ਕਿ ਜੀਐਮ ਸਰੋ ਦਾ ਟ੍ਰਾਇਲ ਇਹਦੇ ਤੇ ਜਵਾਬ ਦਿਓ ਪੰਜਾਬ ਸਰਕਾਰ ਨੇ ਅਜੇ ਮੰਨਿਆ ਨਹੀਂ ਜੀਐਮ ਸਰੋ ਇੱਥੇ ਲਾਉਣੀ ਆ ਜਾਂ ਨਹੀਂ ਤੇ ਤੁਹਾਡੀ ਯੂਨੀਵਰਸਿਟੀ ਟ੍ਰਾਇਲ ਕਰ ਰਹੀ ਹੈ ਉਹ ਆਪਣੀਆਂ ਦਲੀਲਾਂ ਦੇਣ ਲੱਗ ਗਏ ਅਮਰੀਕਾ ਚ ਆਉਂਦਾ ਉੱਥੇ ਆ ਹੁੰਦਾ 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 ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਡਾਕਟਰ ਬਲਬੀਰ ਸਿੰਘ ਦੀ। ਉਹਨਾਂ ਨੇ ਇੱਕ ਲਾਈਨ 'ਚ ਸਾਰੀ ਗੱਲ ਪੂਰੀ ਕਰ ਦਿੱਤੀ ਤਰਵਿੰਦਰ। ਉਹ ਕਹਿੰਦੇ ਕਿਤਾਬੀ ਗਿਆਨ ਦੇ ਨਾਲ-ਨਾਲ ਜਿਹੜਾ ਜ਼ਮੀਨੀ ਪੱਧਰ ਦਾ ਗਿਆਨ ਹੈ, ਭਾਵ ਕਿਸਾਨਾਂ ਕੋਲ ਹੈ, ਉਹਨੂੰ ਵੀ ਵਿਚਾਰਿਆ ਜਾਵੇ। ਡਾਕਟਰ ਜਗਮਉਨ ਸਿੰਘ, ਪ੍ਰੋਫੈਸਰ ਜਗਮਉਨ ਸਿੰਘ ਤੇ ਡਾਕਟਰ ਦਵਿੰਦਰ ਸ਼ਰਮਾ ਇਹਨਾਂ ਨੇ ਡਾਕਟਰ ਗੋਸਲ ਸਮੇਤ ਕਈ ਮਾਰਾਂ ਤੇ ਜੀਐਮ ਸਰੋਂ ਤੇ ਬਾਰੇ ਸਵਾਲ ਕੀਤੇ ਉਹ ਕਹਿੰਦੇ ਕਿ 1994 ਵਿੱਚ ਦੇਸ਼ ਖੁਰਾਕੀ ਤੇਲ ਤੇ ਆਤਮ ਨਿਰਭਰ ਹੋ ਗਿਆ ਸੀ ਸਰੋਂ ਇਸ ਕਰਕੇ ਦੀ ਰਕਬਾ ਵੱਧ ਹੁੰਦਾ ਉਤਪਾਦਨ ਘੱਟ ਹੁੰਦਾ ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋ ਰਕਬਾ ਘੱਟ ਹੋਵੇ ਉਤਪਾਦਨ ਜ਼ਿਆਦਾ ਹੋਵੇ ਔਰ ਕਿਸਾਨਾਂ ਨੂੰ ਬਾਜ਼ੀਬ ਮੁੱਲ ਮਿਲੇ ਬਾਰੋਂ ਤੁਸੀਂ ਇਹ ਤੇਲ ਵੰਗਾ ਰਹੇ ਹੋ ਆਪਣੇ ਕਿਸਾਨਾਂ ਨੂੰ ਪੈਸਾ ਦਿੱਤਾ ਨਹੀਂ ਜਾ ਰਿਹਾ ਜੇ ਇੰਨਾ ਕਿਸਾਨਾਂ ਨੂੰ ਤੇਲ ਬੀਜ ਜਿਹੜੇ ਨੇ ਇਹਨਾਂ ਦਾ ਵੱਧ ਧਾਮ ਭਾ ਮਿਲੇ ਇਹ ਤੁਹਾਨੂੰ ਇਹਦੇ ਵਿੱਚ ਵੀ ਕਣਕ ਬਾਗ ਆਤਮ ਨਿਰਭਰ ਤੋਂ ਵੀ ਅੱਗੇ ਬਣਾ ਦੇਣਗੇ ਜਿੱਥੋਂ ਤੁਸੀਂ ਬਾਹਰੋਂ ਮੰਗਾਉਨੇ ਹੋ ਉਲਟਾ ਤੁਸੀਂ ਬਾਹਰ ਭੇਜਣ ਯੋਗ ਹੋ ਜਾਓਗੇ ਡਾਕਟਰ ਸ਼ਰਮਾ ਨੇ ਇਹ ਵੀ ਕਿਹਾ ਇੱਕ ਬਰਾਸਤ ਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਨੇ ਉਪੇਂਦਰ ਦੱਤ ਉਹਨਾਂ ਨੇ ਬਹੁਤ ਮਹੱਤਵਪੂਰਨ ਗੱਲ ਕੀਤੀ ਉਹ ਕਹਿੰਦੇ ਤੁਸੀਂ ਮੈਨੂੰ ਇਹ ਦੱਸੋ ਕਿ 2002 ਵਿੱਚ ਪਹਾੜਾਂ ਤੇ ਬੰਨ ਮਾਰਨ ਦੇ ਮਾਮਲੇ ਨੂੰ ਅਸੀਂ ਵਿਰੋਧ ਕੀਤਾ ਸੀ ਅਸੀਂ ਆਖਿਆ ਸੀ ਨਾਰ ਬੜਾਓ ਉਥੇ ਜਿਹੜਾ بارود ਆਇਆ تंबाकू ਕੇ ਸਮਗਰੀ ਹੈ ਉਹਦੇ ਨਾਲ ਇਹਨਾਂ ਪਹਾੜਾ ਨੂੰ ਤੋੜਿਆ ਜਾ ਰਿਹਾ ਡਾਇਨਾਮਾਈਟ ਲਾ ਕੇ ਤੇ ਅੱਜ ਫਰਜੋਸ਼ੀ ਮੱਠਾ ਦਾ ਹਾਲ ਦੇਖ ਲਓ ਭੁਗਤੋ ਨੂੰ ਜੇ ਮਾਰਾ ਮੁਤਾਬਕ ਤੁਸੀਂ ਸਮੇਸਰ ਗੱਲ ਸੁਣਨੀਓ ਨਹੀਂ ਤਾਂ ਇਹੋ ਜਿਹਾ ਹਾਲ ਤੁਹਾਡਾ ਅੱਜ ਹੈ ਡਾਕਟਰ ਸ਼ਰਮਾ ਨੇ ਇਹ ਵੀ ਕਿਹਾ ਕਿ ਜਿਹੜੇ ਪ੍ਰਾਣੇ ਉਤਪਾਦ ਨੇ ਇਹ ਜਿਹੜਾ ਜੀਐਮ ਸਰਵਾ ਜਿਹਨੂੰ ਕਹਿੰਦੇ ਜੈਨੇਟਿਕ ਮੋਡੀਫਾਈਡ ਇਹ ਪ੍ਰਾਣੇ ਬੀਜਾਂ ਨੂੰ ਹੀ ਨਵਾਂ ਕੀਤਾ ਜਾ ਰਿਹਾ ਡਾਕਟਰ ਗੋਸਲ ਦਾ ਵਿਚਾਰ ਸੀ ਕਿ ਜੀਐਮ ਫਸਲਾਂ 29 ਦੇ ਛੱਜ ਲਗਾਈਆਂ ਜਾ ਰਹੀਆਂ ਨੇ ਉੱਥੇ ਕਿਸਾਨ ਪਸੰਦ ਕਰ ਰਹੇ ਨੇ ਉਹਨਾਂ ਕਿਹਾ ਕਿ ਮਧੂ ਬੱਕੀਆਂ ਜਾਂ ਭੇਡ ਬੱਕਰੀਆਂ ਤੇ ਕੋਈ ਅਸਰ ਨਹੀਂ ਜਦੋਂ ਕਿ ਜੀਐਮ ਸੰਭ ਤੇ ਕੰਮ ਕਰਨ ਵਾਲੇ ਡਾਕਟਰ ਕਪਲ ਸ਼ਾਹ ਨੇ ਪੇਸ਼ਕਾਰੀ ਦਿੰਦੇ ਹੋਏ ਕਿਹਾ ਕਿ ਸਿਹਤ ਤੇ ਵਾਤਾਵਰਣ ਲਈ ਇਹ ਨੁਕਸਾਨਦਾਇਕ ਹੈ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਕਹਿੰਦਾ ਨੁਕਸਾਨਦਾਇਕ ਹੈ ਉਹ ਉਪਕਾਲੀਪਤੀ ਸਾਹਿਬ ਗਿਣਾ ਰਹੇ ਨੇ ਫਾਇਦੇ ਤੇ ਕੁਲਤਾਰ ਸਿੰਘ ਸਦਮਾ ਸਾਹਿਬ ਕਹਿੰਦੇ ਐ ਇਸ ਮਾਮਲੇ ਦੇ ਉੱਤੇ ਅਸੀਂ ਵਿਧਾਨ ਸਭਾ 'ਚ ਚਰਚਾ ਕਰਾਉਣ ਨੂੰ ਤਿਆਰ ਆਂ ਜਿਹੜਿਆ ਜਿੱਤ ਕੇ ਆਏ ਨੇ 92 ਇਹਨਾਂ ਦੇ ਮੈਨੂੰ ਨਹੀਂ ਲੱਗਦਾ ਇਹਨਾਂ 'ਚ 1% ਨੂੰ ਵੀ ਜੀਐਮ ਸਰੋ ਦਾ ਗਿਆਨ ਹੋਏਗਾ ਕੀ ਐ ਜੇ ਚਰਚਾ ਕਰਨੀ ਆਉਣੀ ਐ ਜਿਵੇਂ ਸਤਮਾ ਸਾਹਿਬ ਤੁਸੀਂ ਅੱਜ ਕਰਾਈ ਐ ਇਸੇ ਤਰ੍ਹਾਂ ਕਰਾਓ ਕਿਸਾਨ ਮਾਹਰ ਦੂਜਾ ਤੀਜਾ ਤੁਹਾਡੇ ਇਹ ਮਾਰਾ ਨਾਲੋਂ ਜਿਹੜੇ ਪ੍ਰੈਕਟੀਕਲ ਤੌਰ ਤੇ ਕਿਸਾਨ ਕਰਦੇ ਆ ਕੱਲ ਉੱਥੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਬੋਲੇ ਬਲਬੀਰ ਸਿੰਘ ਰਾਜੇਵਾਲ ਬੋਲੇ ਉਹ ਰਜਿੰਦਰ ਸਿੰਘ ਦੀਪਵਾਲਾ ਦੀਪ ਸਿੰਘ ਵਾਲਾ ਬੋਲੇ ਉਹ ਲੋਕ ਤੁਹਾਡੇ ਨਾਲੋਂ ਜ਼ਿਆਦਾ ਮਾਰਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਉਹਨਾਂ ਕਿਸਾਨਾਂ ਦੀ ਗੱਲ ਕਰ ਸਕਦਾ ਹੈ ਜਿਹੜੇ ਕਿਸਾਨ ਆਪ ਖੁਦ ਤਜਰਬੇ ਕਰਦੇ ਐ ਔਰ ਕਈ ਵਾਰੀ ਇਹ ਯੂਨੀਵਰਸਿਟੀਆਂ ਦੇ ਮਾਰ ਉਹਨਾਂ ਨੂੰ ਦੇਖਣ ਆਉਂਦੇ ਐ ਮੈਨੂੰ ਦੱਸੋ ਜੀ 1980 ਦੇ ਲਗਭਗ ਕੇਐਸਐਮਐਲ 51 ਕਣਕ ਦਾ 20 ਦਿੱਤਾ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਉਦੋਂ ਬਾਅਦ ਕਿਹੜਾ ਦਿੱਤਾ ਤੁਸੀਂ ਇਹੋ ਜੇ ਮਾਰਨੇ ਜਿੱਥੇ 20 ਕੁਇੰਟਲ ਫਸਲ ਹੋਗੀ ਉਹਨੂੰ ਇਕੀ ਕਰਨ ਤੇ ਜ਼ੋਰ ਲਾ ਰਹੇ ਨੇ ਜਿੱਥੇ 5 ਕੁਇੰਟਲ ਮਸਾ ਨਿਕਲਦੀ ਹੈ ਉਹਨੂੰ ਇਕੀ ਕਰਨ ਵਾਲੇ ਪਾਸੇ ਨਹੀਂ ਤੁਰਦੇ ਉਥੇ ਮਿਹਨਤ ਪਾਲਦੀ ਹੈ ਇਹੋ ਚੀਜ਼ਾਂ ਨੇ ਜਿਹੜੀਆਂ ਇੱਕ ਠੰਡੇ ਕਮਰੇ 'ਚ ਬਹਿ ਕੇ ਹਲੜੀ ਕੀਤੀਆਂ ਜਾ ਸਕਦੀਆਂ ਇਹ ਤਾਂ ਖੇਤ 'ਚ ਕੜ ਕੇ ਹੀ ਹਲ ਹੋਣਗੀਆਂ ਪ੍ਰੈਕਟੀਕਲ ਤੌਰ ਤੇ ਦੂਜੀ ਚੀਜ਼ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕਰਨੀ ਹੈ ਖੇਤੀਬਾੜੀ ਕੁਲਦੀਪ ਧਾਲੀਵਾਲ ਸਾਹਿਬ ਨੇ ਮੀਟਿੰਗ ਕਰਨੀ ਹੈ ਇਹਦੇ ਤੇ ਇੱਕ ਮੀਟਿੰਗ ਨਹੀਂ ਵੱਧ ਤੋਂ ਵੱਧ ਮੀਟਿੰਗਾਂ ਕਰਾਓ ਵੱਧ ਤੋਂ ਵੱਧ ਗਿਆਨ ਇਕੱਠਾ ਕਰੋ ਉਹਦੇ ਵਿੱਚੋਂ ਜਿਹੜਾ ਨਿਚੋੜ ਨਿਕਲ ਕੇ ਆਉਂਦਾ ਉਸ ਮੁਤਾਬਕ ਖੇਤੀ ਦੀ ਨੀਤੀ ਬਣਾਈ ਜਾਵੇ ਜੇ ਦਾਲਾਂ ਤੇਲ ਬੀਜਾਂ ਨੂੰ ਤੁਸੀਂ ਉਤਸ਼ਾਹਤ ਕਰੋਗੇ ਆਟੋਮੈਟਿਕ ਕਣਕ ਤੇ ਝੋਨੇ ਹੀਟ ਤੋਂ ਰਕਵਾ ਘਟ ਜਾਵੇਗਾ ਜੀ ਤਰਵਿੰਦਰ ਜੀ ਜੀ ਬਿਲਕੁਲ ਜੀ ਤੇ ਦੂਜੇ ਪਾਸੇ ਚੋਣ ਹੋ ਰਹੀ ਹੈ ਅੱਜ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਤੇ ਜਿਹਦੇ ਵਿੱਚ 14 14 ਦੋਵੇਂ ਪਾਸਿਆਂ ਦੇ ਕੌਂਸਲਰ ਸੀਗੇ ਤੇ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਉਮੀਦਵਾਰ ਅਨੂਪ ਗੁਪਤਾ ਨੂੰ ਮੇਰਾ ਐਲਾਨ ਦਿੱਤਾ ਗਿਆ ਯਾਨੀ ਕਿ ਉਹਨਾਂ ਦਾ ਪਲੜਾ ਭਾਰੀ ਹੋ ਚੁੱਕਿਆ ਹੈ ਤੇ ਸੰਸਦ ਵੱਜੋਂ ਵੋਟ ਪਾਈ ਸੀ ਕਿ ਜਿਹੜੇ ਸੰਸਦ ਨੇ ਕਿਰਨ ਖੇਰ ਭਾਜਪਾ ਦੇ ਉਹ ਵੀ ਜਦੋਂ ਵੋਟ ਪਾ ਕੇ ਨਿਕਲੇ ਤਾਂ ਉਹਨਾਂ ਨੇ ਵੀ ਪੂਰੇ ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਇੱਕ ਜੈ ਸ਼੍ਰੀ ਰਾਮ ਦਾ ਨਾਰਾ ਵੀ ਲਗਾਇਆ ਤੇ ਵੋਟ ਪਾ ਕੇ ਚਲੇ ਗਏ ਤੇ ਫਿਲਹਾਲ ਜਿਹੜੀ ਵੱਡੀ ਅਪਡੇਟ ਹੈ ਉਹ ਆ ਰਹੀ ਹੈ ਕਿ ਭਾਜਪਾ ਉਮੀਦਵਾਰ ਸੀਗੇ ਅਨੂਪ ਗੁਪਤਾ ਉਹ ਮੇਰ ਬਣ ਗਏ ਨੇ ਤੇ ਇਹਨਾਂ ਦੇ ਮੁਕਾਬਲੇ ਦੇ ਚਾਅ ਆਦਮੀ ਪਾਰਟੀ ਦੇ ਜਸਬੀਰ ਸਿੰਘ ਲਾਢੀ ਖੜੇ ਸੀ ਜੋ ਪਛੜ ਗਏ ਨੇ ਦੇਖੋ ਟੰਡੀਗੜ ਦੇ ਵਿੱਚ ਕਾਂਗਰਸ ਨੇ ਕਰਤਾ ਬਾਈਕਾਟ ਅਕਾਲੀ ਦਲ ਨੇ ਵੀ ਅਕਾਲੀ ਦਲ ਦਾ ਤਾਂ ਇਕੱਲਾ ਹੀ ਹੈਗਾ ਉਹਨਾਂ ਨੇ ਬਾਈਕਾਟ ਕਰਤਾ ਤੁਸੀਂ ਆਪ ਹੀ ਦੱਸਿਆ ਦੋਨੇ 14-14 ਰਹਿ ਗਏ ਤੇ ਜਦੋਂ ਤੋਂ ਐਮਐਲਏ ਜਾਂ ਮੈਂਬਰ ਪਾਰਲੀਮੈਂਟਾਂ ਦੀ ਵੋਟ ਬਣ ਗਈ ਉਹਦੇ ਵਿੱਚ ਦੋਨੇ ਪਾਸੇ ਬਰਾਬਰ ਰਹੇ ਪਰ ਜਿਹੜੀ ਬੀਬੀ ਅਕਰਨ ਖੇਰ ਉਹਨੇ ਭਾਰਤੀ ਜਨਤਾ ਪਾਰਟੀ ਦੇ ਨਮਾਜ਼ੇ ਨੂੰ ਵੋਟ ਪਾਉਣੀਆਂ ਪੁਣੀਆਂ ਸੀ ਜਿਹਦੇ ਕਰਕੇ ਉਹ ਪਲੜਾ ਉਧਰ ਨੂੰ ਝੁੱਕ ਗਿਆ ਤੇ ਆਮ ਆਲਿਆਂ ਦਾ ਤਾਹਾਂ ਚੱਕਿਆ ਗਿਆ ਚਲੋ ਅਸੀਂ ਇਸ ਗੱਲ ਤੇ ਤਾਂ ਸੰਤੁਸ਼ਟੀ ਜ਼ਾਹਰ ਕਰਦੇ ਹਾਂ ਕਿ ਬੜਾ ਹੱਲਾ ਗੁੱਲਾ ਦਿਖਾਇਆ ਜਾ ਰਿਹਾ ਸੀ ਪਰ ਅਸੀਂ ਇਸ ਗੱਲ ਤੇ ਸੰਤੁਸ਼ਟੀ ਪ੍ਰਗਟ ਕਰਦੇ ਹਾਂ ਕਿ ਲੋਕਤੰਤਰ ਪ੍ਰਣਾਲੀ ਦੇ ਨਾਲ ਵੋਟ ਪੈ ਗਿਆ। ਅਨੂਪ ਗੁਪਤਾ ਸਾਹਿਬ ਉੱਥੇ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਨੇ। ਆਪਾਂ ਆਪਣੀ ਟੀਮ ਵੱਲੋਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਨੀ ਹੈ। ਜੀ। ਤੇ ਦੂਜੇ ਪਾਸੇ ਗੱਲ ਕਰਦੀਆਂ ਗੈਂਗਸਟਰਵਾਦ ਦੀ। ਗੈਂਗਸਟਰ ਗੈਂਗਵਾੜ ਦਾ ਜਿਹੜਾ سلسلہ ਲਗਾਤਾਰ ਜਾਰੀ ਹੈ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਲਗਾਤਾਰ ਵਾਰਦਾਤਾਾਂ ਹੋ ਰਹੀਆਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਪਿੰਡ ਜਵਾਰਕੇ ਦੇ ਵਿੱਚ ਤੇ ਇਸੇ ਦੇ ਚੱਲਦਿਆਂ ਕੱਲ ਸਿਰਸਾ ਦੇ ਵਿੱਚ ਇੱਕ ਗੈਂਗਵਾਰ ਹੋਈ ਸੀ ਜਿਦੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਿਦੇ ਵਿੱਚੋਂ ਇੱਕ ਦਾ ਨਾਮ ਦੀਪੂ ਕਾਲਾਂਵਾਲੀ ਸੀ ਤੇ ਇੱਕ ਉਹਦਾ ਸਾਥੀ ਸੀ ਤੇ ਅੱਜ ਫੇਰ ਕੱਲ ਦਾ ਦਿਨ ਅਜੇ ਸ਼ਾਂਤ ਨਹੀਂ ਹੋਇਆ ਤੇ ਅੱਜ ਫੇਰ हिसार ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿਦੇ ਵਿੱਚ ਇੱਕ ਕਾਲਾ ਬਡਾਲਾ ਨਾਮਕ ਜਿਹੜਾ ਵਿਅਕਤੀ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਚਲਾ ਕੇ ਬਦਮਾਸ਼ ਫਰਾਰ ਹੋ ਗਏ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਸਵਾਲ ਪੰਜਾਬ 'ਚ ਖੜੇ ਹੁੰਦੇ ਸੀ ਤੇ ਹੁਣ ਹਰਿਆਣਾ ਦੇ ਵਿੱਚ ਵੀ ਅਜਿਹਾ ਹਾਲ ਹੁੰਦਾ ਨਜ਼ਰ ਆ ਰਿਹਾ ਜੀ ਦੇਖੋ ਭਾਵੇਂ ਸਰਸਾ ਹੋਵੇ ਭਾਵੇਂ ਹਸਾਰ ਹੋਵੇ ਤੇ ਭਾਵੇਂ ਹੋਵੇ ਮੂਸੇਵਾਲਾ ਹੂੰ ਇਹ ਜਿਹੜਾ ਗੈਂਗਸਟਰ ਵਾਰ ਹੈ ਇਹ ਨਿਰੰਤਰ ਵਧਣਾ ਸ਼ੁਰੂ ਹੋ ਗਿਆ ਹੈ ਹੂੰ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਇਹਨਾਂ ਦੀਆਂ ਜਿਹੜੀਆਂ ਲੜਾਈਆਂ ਨੇ ਉਹਨਾਂ ਲੜਾਈਆਂ ਦੇ ਵਿੱਚੋਂ ਇਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾ ਕੇ ਇੱਕ ਦੂਜੇ ਨੂੰ ਮਾਰਿਆ ਜਾ ਰਿਹਾ ਹੈ ਆਪਾਂ ਕਈ ਵਾਰ ਗੱਲ ਕੀਤੀ ਹੈ ਧਰਬਿੰਦਰ ਜੀ ਇਹਨਾਂ ਮਾਮਲਿਆਂ ਦੇ ਵਿੱਚ ਹੂੰ ਇਹਦੇ ਵਿਸਥਾਰਕ ਰਿਪੋਰਟ ਇਕੱਠੀ ਕਰਨੀ ਚਾਹੀਦੀ ਹੈ ਵੀ ਕਾਰਨ ਕੀ ਨੇ ਕਿੰਨਾ ਕਾਰਨਾ ਕਰਕੇ ਇਹ ਲੋਕ ਹੱਥਾਂ 'ਚ ਹਥਿਆਰ ਚੱਕੀ ਫਿਰਦੇ ਨੇ ਜਦੋਂ ਤੱਕ ਅਸੀਂ ਉਹ ਕਾਰਨ ਲੱਭ ਕੇ ਉਹਦਾ ਹੱਲ ਨਹੀਂ ਕਰਾਂਗੇ ਇਹ ਘਟਨਾ ਨਹੀਂ ਵਾਧੇ ਜਾਣਾ ਹੈ ਜਿਹੜਾ ਗੈਂਗਸਟਰ ਦੇ ਮਾਮਲੇ ਵਿੱਚ ਉੱਤਰ ਖੇਤਰ ਦੀਆਂ 8 ਹੂੰ ਰਾਜਾਂ ਦੀਆਂ ਸਰਕਾਰਾਂ ਨੇ ਇੱਕ ਤਾਲਮੇਲ ਸਾਂਝੀ ਕਮੇਟੀ ਬਣਾਈ ਹੈ ਇਹਦੇ ਨਾਲ ਲੜਾਈ ਲਈ ਨਸ਼ੇ ਲਈ ਹਥਿਆਰਾਂ ਲਈ ਔਰ ਜਿਹੜੇ ਗੈਂਗਵਾਰ ਹੋ ਰਹੇ ਨੇ ਸਮੂਹਾਂ ਦੇ ਵਿੱਚ ਬਾਹਰ ਹੋ ਰਹੇ ਨੇ ਇਹ ਬਹੁਤ ਮੰਦ ਭੱਗ ਗਏ ਨੇ ਪਾਵੇਂ ਸਰਸਾ ਚ ਹੋਇਆ ਤੇ ਭਾਵੇਂ ਹੋਇਆ ਅੱਜ ਹਸਾਰ ਚ ਭਲਕੇ ਪਤਾ ਨਹੀਂ ਕਿਹੜੇ ਖੇਤਰ ਦੀ ਵਾਰੀ ਆ ਜਾਣੀ ਹੈ ਆਪਾਂ ਸੁੱਖ ਮੰਗੀਏ ਸਾਰਿਆਂ ਦੀ ਘਟੋ ਘਟ ਸੁੱਖ ਸ਼ਾਂਤੀ ਰਹੇ ਜੇ ਇਲਾਕਿਆਂ ਦੇ ਵਿੱਚ ਸੁੱਖ ਸ਼ਾਂਤੀ ਹੋਵੇਗੀ ਤਾਂ ਲੋਕ ਆਰਾਮ ਦੀ ਜ਼ਿੰਦਗੀ ਬਸਰ ਕਰ ਲੈਣਗੇ ਅਸਲ ਦੇ ਵਿੱਚ ਤਰਵਿੰਦਰ ਗੱਲ ਇਹ ਆ ਕਿ ਲੋਕਾਂ ਦੇ ਵਿੱਚ ਜਲਦੀ ਅਮੀਰ ਬਣਨ ਦੀ ਲਾਲਸਾ ਬਹੁਤ ਜ਼ਿਆਦਾ ਪੈਦਾ ਹੋ ਚੁੱਕੀ ਹੈ ਉਹ ਐਸ਼ੋਰਾਮ ਦੇ ਸਾਰੇ ਸਾਧਨ ਵਈਆ ਆਪਣੇ ਕੋਲ ਕਰਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਹਰ ਕਿਸਮ ਦਾ ਐਸ਼ੋਰਾਮ ਉਹਨਾਂ ਕੋਲੇ ਕਮ ਨਾ ਕੁ ਕਰਨਾ ਪਵੇ ਬੈਠੇ ਬਿਠਾਇਆ ਸਾਰਾ ਕੁਝ ਹੋ ਵੀ ਤੇ ਜਿਹੜਾ ਅਮੀਰ ਗਰੀਬ ਦਾ ਪਾੜਾ ਇਸ ਮੁਲਕ ਦੇ ਵਿੱਚ ਨਿਰੰਤਰ ਵੱਧ ਰਿਹਾ ਹੈ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ 1% ਲੋਕਾਂ ਕੋਲੇ ਇਸ ਮੁਲਕ ਦੀ 40% ਦੌਲਤ ਆ ਗਈ ਕੀ ਕਰੋਗੇ ਇੱਥੇ ਨੋਟਬੰਦੀ ਹੋਈ ਕੋਰੋਨਾ ਮਹਾਮਾਰੀ ਹੋਈ ਤੁਹਾਡੀ ਮੇਰੀ ਆਮ ਲੋਕਾਂ ਦਾ ਕੰਮ ਘਟਿਆ ਲੇਕਿਨ ਆ ਚੰਦ ਲੋਕਾਂ ਦਾ ਕਾਰੋਬਾਰ 121% ਵਧ ਗਿਆ ਹੂੰ ਤੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਸਾਰਿਆਂ ਦਾ ਫਿਕਰ ਹੈ ਬੀਬੀ ਨਰਮਲਾ ਸੀਤਾਰਾਮ ਵਿੱਤ ਮੰਤਰੀ ਕਹਿੰਦੀ ਆ ਸਾਨੂੰ ਤਾਂ ਜੀ ਆਮ ਲੋਕਾਂ ਦਾ ਬਹੁਤ ਅਸੀਂ ਸੰਸਾ ਕਰਦੇ ਆ ਬਹੁਤ ਫਿਕਰ ਹੈ ਤੇ ਆંકડા ਦੱਸ ਦਿਓ ਕਿੰਨੇ ਲੋਕ ਆ ਜਿਹੜੇ ਭੁੱਖੇ ਪੇਟ ਤੇ ਬਿਨਾ ਛੱਤ ਤੋਂ ਸੌਂਦੇ ਆ ਜੇ ਤੁਹਾਨੂੰ ਫਿਕਰ ਆ ਸੋਤਰ ਬਿੰਦਰ ਜੀ ਜੀ ਇਹ ਮਾਮਲਾ ਜਿਹੜਾ ਹੈਗਾ ਬਹੁਤ ਖਤਰਨਾਕ ਹੈ ਸਾਨੂੰ ਇੱਥੇ ਇਹਦੇ ਤੇ ਕੰਮ ਕਰਕੇ ਕੁਝ ਇੱਕ ਸਾਰਤਾ ਲਿਆਉਣੀ ਪਵੇਗੀ ਨਹੀਂ ਤਾਂ ਜਿਸ ਤਰੀਕੇ ਦੇ ਨਾਲ ਇਹ ਭਰਾ ਮਾਰੂ جنگ ਸ਼ੁਰੂ ਹੋ ਗਈ ਹੈ ਇਹ ਬਹੁਤ ਮਾੜੀ ਹੈ ਜੀ ਬਿਲਕੁਲ ਜੀ ਕਾਲਰ ਲਾਈਨ ਤੇ ਨੇ ਹੈਲੋ ਹੈਲੋ ਤੁਮਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਟਰਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸੁਖਵਿੰਦਰ ਬੋਲਦਾ ਭਾਈ ਜੀ ਕਿਧਰ ਪਿੰਡ ਤੋਂ ਜ਼ਿਲ੍ਹਾ ਜਲੰਧਰ ਜੀ ਸੁਖਵਿੰਦਰ ਜੀ ਅੱਗੇ ਕਾਫੀ ਚਿਰ ਹੀ ਤੁਹਾਡੇ ਨਾਲ ਗੱਲ ਨਹੀਂ ਹੋਈ ਜੀ ਜੀ ਵਿਚਾਰ ਸਾਂਝੇ ਕਰੋ ਜੀ ਮਿਹਰਬਾਨੀ ਕਿਉਂਕਿ ਤੁਹਾਡਾ ਪ੍ਰੋਗਰਾਮ ਜਿਹੜਾ ਉਹ ਚੇਂਜ ਹੋ ਗਿਆ ਸੀ ਅੱਗੇ 2 ਵਜੇ ਤੋਂ ਲੈ ਕੇ 3 ਵਜੇ ਚੱਲਦਾ ਸੀ ਹਾਂਜੀ ਹਾਂਜੀ ਤੇ ਹੁਣ ਤੁਸੀਂ 1 ਵਜੇ ਕਰਨਾ ਜੀ ਜੀ ਬਿਲਕੁਲ ਬਿਲਕੁਲ ਜੀ ਹਾਂ ਜੀ ਇਸ ਕਰਕੇ ਤੁਹਾਡੇ ਨਾਲ ਗੱਲ ਨਹੀਂ ਹੋਈ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਹੁਕਮ ਹੁਕਮ ਨਹੀਂ ਬੇਨਤੀ ਆ ਜੀ ਹਾਂਜੀ ਜਿਵੇਂ ਪੰਜਾਬ ਦੇ ਵਿੱਚ ਅੱਜ ਕੱਲ ਤੁਸੀਂ ਜੋ ਵੀ ਕਹਿੰਦੇ ਆ ਉਹ ਅੱਜ ਕੱਲ ਬਿਲਕੁਲ ਸੱਚ ਹੋ ਰਿਹਾ ਜੀ ਨੰਬਰ 2 ਇੱਕ ਥੋੜਾ ਸੰਖੇਪ ਦੇ ਵਿੱਚ ਜੀ ਸੁਖਵਿੰਦਰ ਜੀ ਸੰਖੇਪ ਚ ਇਨਾ ਸਮਾਂ ਨਹੀਂ ਹੈਗਾ ਨਾ ਹੋਰ ਵੀ ਕਾਲਰ ਨੇ ਓਕੇ ਜੀ ਕਰੋ ਕਰੋ ਇੱਕ ਦਾ ਗੈਂਗਸਟਰ ਜਿਹੜਾ ਉਹ ਬਹੁਤ ਜ਼ਿਆਦਾ ਕਲਚਰ ਵਧ ਰਿਹਾ ਜੀ ਇੱਕ ਪੰਜਾਬ ਦੇ ਵਿੱਚ ਜਿਹੜੀ ਬਰੋਜਗਾਰੀ ਉਹ ਬਹੁਤ ਹਾਈ ਲੈਵਲ ਤੱਕ ਚਲਦੀ ਜਾਂਦੀ ਆ ਜੀ ਨੰਬਰ 3 ਬਰੋਜਗਾਰੀ ਕਿਵੇਂ ਵਧਦੀ ਆ ਜਿਹੜਾ ਆਪਣਾ ਪੰਜਾਬ ਦੇ ਵਿੱਚ ਠੇਕਾ ਸਿਸਟਮ ਆ ਨਾ ਜਿੰਨਾ ਚਿਰ ਠੇਕਾ ਸਿਸਟਮ ਖਤਮ ਨਹੀਂ ਹੁੰਦਾ ਉਹਨਾਂ ਚਿਰ ਬਰੋਜਗਾਰੀ ਉਹ ਵਧਨੀ ਵਧਨੀ ਆ ਮੈਂ ਮੇਨ ਮੁੱਦੇ ਦੀ ਗੱਲ ਕਰਦਾ ਵਾਂ ਪੰਜਾਬ ਦੇ ਵਿੱਚ 108 ਐਂਬੂਲੈਂਸ ਚੱਲਦੀਆਂ ਵਾਂ ਜੀ ਉਹ ਲਗਭਗ 325 ਐਂਬੂਲੈਂਸ ਚੱਲਦੀਆਂ ਵਾਂ ਜਿਨ੍ਹਾਂ ਦੇ ਵਿੱਚ ਪੰਜਾਬ ਸਰਕਾਰ ਤੇ সেন্ট্রਲ ਗਵਰਨਮੈਂਟ 1 ਲੱਖ ਤੇ 35000 ਰੁਪਇਆ ਇੱਕ ਐਂਬੂਲੈਂਸ ਨੂੰ ਦਿੰਦੀ ਆ ਜੀ ਉਹਨਾਂ ਦੇ ਵਿੱਚ ਕਿੰਨੀ ਲੁੱਟ ਹੁੰਦੀ ਆ ਲਗਭਗ 10000 ਰੁਪਇਆ ਇੱਕ ਮੁਲਾਜ਼ਮ ਨੂੰ ਦਿੱਤਾ ਜਾਂਦਾ ਵਾ ਹੂੰ 10000 ਰੁਪਏ ਇੱਕ ਮੁਲਾਦਮ ਨੂੰ ਤਾਈ ਉਹ ਚਾਰਵੇਂ ਮੁਲਾਦਮ ਹੋ ਗਿਆ 40000 ਰੁਪਏ ਤੇ 20000 ਰੁਪਏ ਦਾ ਡੀਜ਼ਲ ਹੋ ਗਿਆ 20000 ਦਾ ਡੀਜ਼ਲ ਟੋਟਲ ਹੋ ਗਿਆ 60000 ਰੁਪਏ 75000 ਰੁਪਏ ਸਿੱਧਾ ਹੀ ਇੱਕ ਬੰਦੇ ਦੇ ਜੇਬ ਵਿੱਚ ਜਾ ਰਿਹਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸੁਤਿਆਂ ਪਈਆਂ ਨੇ ਇੰਨਾ ਪੈਸਾ ਇੱਕ ਐਂਬੂਲੈਂਸ ਦਾ ਜਾ ਰਿਹਾ 325 ਐਂਬੂਲੈਂਸਾਂ ਆਵਾਂ ਹਮ ਇਸ ਟਾਈਮ ਸਾਰੀਆਂ ਹੀ ਐਂਬੂਲੈਂਸਾਂ ਲੁਧਿਆਣਾ ਟੋਲ ਪਲਾਜ਼ੇ ਤੇ ਟ੍ਰਾਈ ਕਰਕੇ ਬੈਠੀਆਂ ਵਾ ਜੀ 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 ਪਰ ਗਵਰਨਮੈਂਟ ਆ ਸੁਤੀਆਂ ਪਈਆਂ ਵਾ ਮਿਹਰਬਾਨੀ ਸੁਖਿੰਦਰ ਜੀ ਮਿਹਰਬਾਨੀ ਮਿਹਰਬਾਨੀ ਤੁਹਾਡੇ ਵਿਚਾਰ ਸਾਡੇ ਤੱਕ ਪਹੁੰਚ ਗਏ ਨੇ ਸੰਖੇਪ ਦੇ ਵਿੱਚ ਗੱਲ ਕਰਿਆ ਕਰੋ ਜੀ ਕਿਉਂਕਿ ਸਮਾਂ ਬੜਾ ਘੱਟ ਹੁੰਦਾ ਡਟਲ ਸਾਹਿਬ ਐਂਬੂਲੈਂਸ ਦੇ ਉੱਤੇ ਇਹਨਾਂ ਨੇ ਗੱਲ ਕੀਤੀ ਹੈ ਤੇ ਇਸ ਤੋਂ ਇਲਾਵਾ ਗੈਂਗਸਟਰ ਦੇ ਉੱਤੇ ਤੁਸੀਂ ਪਹਿਲਾਂ ਹੀ ਪ੍ਰਤੀਕਰਮ ਦੇ ਚੁੱਕੇ ਹੋ ਐਂਬੂਲੈਂਸ ਦੇ ਉੱਤੇ ਜਿਹੜੀ ਗੱਲ ਕੀਤੀ ਆ ਉਹਦੇ ਉੱਤੇ ਮੈਂ ਅੱਜ ਹੀ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਦਾ ਬਿਆਨ ਸੁਣ ਰਿਹਾ ਸੀ ਕਿ ਜਿਹੜੀਆਂ ਇਹ ਐਂਬੂਲੈਂਸਾਂ ਨੇ ਇਹ ਐਂਬੂਲੈਂਸਾਂ ਸਾਰੀਆਂ ਦੀਆਂ ਸਾਰੀਆਂ ਨਿੱਜੀ ਕੰਪਨੀ ਨੂੰ ਦਿੱਤੀਆਂ ਹੋਈਆਂ ਨੇ ਸਰਕਾਰ ਦਾ ਉਹਦੇ ਤੇ ਕੋਈ ਅਸਰ ਨਹੀਂ ਉਹ ਕਹਿੰਦੇ ਭਾਵੇਂ ਚਲੋ ਸਰਕਾਰ ਦਾ ਨਹੀਂ ਸਾਨੂੰ ਇਹਦਾ ਪਤਾ ਲੱਗਾ 2013 ਚ ਸ਼ੁਰੂ ਹੋਈਆਂ ਸੀ ਹੂੰ 7 ਸਾਲ ਜਿਹੜੀ 13 ਤੋਂ ਲੈ ਕੇ 17 ਤੱਕ ਬਾਦਲ ਸਾਹਿਬ ਦੀ ਸਰਕਾਰ ਨੇ ਜੀ ਤੇ ਫਿਰ ਕਾਂਗਰਸ ਸਰਕਾਰ ਨੇ 10 ਮਹੀਨੇ ਇਹਨਾਂ ਦੇ ਵੀ ਹੋ ਗਏ ਹੂੰ ਇਹ ਗੱਲ ਕਹਿੰਦੇ ਸੀ ਇਹ ਕਿ ਸਾਨੂੰ ਟਾਈਮ ਦਿਓ 10-12 ਦਿਨ ਦਾ ਅਸੀਂ ਵਿਚਾਰ ਪਟਾੰਦਰਾ ਕਰਕੇ ਇਹਦਾ ਕੋਈ ਨਾ ਕੋਈ ਹੱਲ ਕਢਾਉਣ ਦਾ ਯਤਨ ਕਰਾਂਗੇ ਮੈਨੂੰ ਲੱਗਦਾ ਕਿ ਡਾਕਟਰ ਬਲਬੀਤ ਸਿੰਘ ਕਾਫੀ ਸੁਗੜ ਸਿਆਣੇ ਬੰਦੇ ਆ ਉਹ ਜ਼ਰੂਰ ਇਹਦੇ ਤੇ ਕੋਈ ਨਾ ਕੋਈ ਹੱਲ ਕਢਣਗੇ ਔਰ ਇਹ ਲਗਾਤਾਰ ਜਿਹੜੀਆਂ ਨੇ ਅ ਇਹਨਾਂ ਦੀ ਜਿਹੜੀ ਜਥੇਬੰਦੀ ਆ ਉਹਨਾਂ ਦੇ ਪ੍ਰਧਾਨ ਨੇ ਮਨਜੀਤ ਸਿੰਘ ਉਹ ਕਹਿੰਦੇ ਸਰਕਾਰ ਨੇ ਸਾਨੂੰ ਕਿਹਾ ਸੀ ਚੋਣਾਂ ਤੋਂ ਪਹਿਲਾਂ ਕਿ ਅਸੀਂ ਆਹ ਕਰਦਿਆਂਗੇ ਉਹ ਕਰਦਿਆਂਗੇ ਆਹੀ ਤੱਕ ਸਮੱਸਿਆ ਹੈ ਕਿ ਖਜ਼ਾਨੇ ਦੀ ਸਥਿਤੀ ਨੂੰ ਦੇਖਣ ਤੋਂ ਬਿਨਾਂ ਹੀ ਇਹ ਵੱਡੇ ਵੱਡੇ ਵਾਦੇ ਲੋਕਾਂ ਨਾਲ ਕਰ ਰਹੇ ਨੇ ਪਰ ਜਦੋਂ ਸੱਤਾ ਚ ਆ ਜਾਂਦੇ ਆ ਫਿਰ ਪੂਰੇ ਨਹੀਂ ਹੁੰਦੇ ਤੇ ਲੋਕ ਧਰਨਿਆਂ ਤੇ ਆ ਜਾਂਦੇ ਆ ਇਹਨਾਂ ਨਾਲ ਤਾਂ ਧਰਨਿਆਂ ਦਾ ਰੋਜ਼ ਦਾ ਵਾਹ ਪੈ ਗਿਆ ਆਮ ਤੌਰ ਤੇ ਸਰਕਾਰਾਂ ਵਿੱਚ ਧਰਨੇ ਤੀਜੇ ਚੌਥੇ ਚੌਥੇ ਕਸਾਲ ਜਾ ਕੇ ਲੱਗਦੇ ਸੀ ਤਿੰਨ ਕਸਾਲ ਸਰਕਾਰ ਦਵਾਲ ਦੇਖਦੇ ਰਹਿੰਦੇ ਸੀ ਵੀ ਹੁਣ ਵੀ ਹੱਲ ਹੋਇਆ ਹੁਣ ਵੀ ਹੱਲ ਹੋਇਆ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਗਰੰਟੀਆਂ ਬਹੁਤ ਵੱਧ ਦੇਤੀਆਂ ਤੇ ਲੋਕ ਇਹਨਾਂ ਵੱਲ ਆਕਰਸ਼ਿਤ ਹੋ ਗਏ ਤੇ ਧਰਨੇ ਦੇ ਰਹੇ ਨੇ ਉਮੀਦ ਆ ਸੁਖਵਿੰਦਰ ਜੀ ਕਿ ਜਿਵੇਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਸਾਨੂੰ ਹਫਤੇ ਦੱਸ ਦਿੰਦਾ ਟਾਈਮ ਦਿਓ ਅਸੀਂ ਵਿਚਾਰ ਕਰਕੇ ਇਹਨਾਂ ਦਾ ਮਸਲਾ ਹੱਲ ਕਰਾਉਂਦਾ ਯਤਨ ਕਰਦੇ ਆਂ ਜੀ ਤੇ ਬਿਲਕੁਲ ਜੀ ਕਾਲਰ ਵੀ ਲਾਈਨ ਦੇ ਉੱਤੇ ਨੇ ਤੇ ਅਗਲੀ ਖਬਰ ਦੇ ਉੱਤੇ ਵੀ ਚਰਚਾ ਕਰਾਂਗੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਹੋਵੇਗੀ ਤੇ ਸਰਕਾਰ ਜਾਂ ਚੋਣ ਕਮਿਸ਼ਨ ਚਾਹੁੰਦਾ ਹੈ ਕਿ ਇਹ ਵਿਸਾਖੀ ਤੋਂ ਪਹਿਲਾਂ ਪਹਿਨਾ ਨਿਪਟ ਜਾਵੇ ਤੇ ਦੂਜੇ ਪਾਸੇ ਲਤੀਪੁਰਾ ਵਾਲਾ ਮਾਮਲਾ ਉਹ ਵੀ ਇਹਦੇ ਵਿੱਚ ਪੂਰੀ ਤਰ੍ਹਾਂ ਨਾਲ ਅੜਿੱਕਾ ਬਣਦਾ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਹੈ ਕਿ ਹੁਣ ਲਤੀਫਪੁਰਾ ਮਾਮਲਾ ਵੀ ਜਲਦੋਂ ਜਲਦ ਸੁਲਝਾ ਲਿਆ ਜਾਵੇ ਕੱਲ ਵੀ ਮੀਟਿੰਗ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਉਹਨਾਂ ਨੇ ਹਦਾਇਤਾਂ ਵੀ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੀਆਂ ਨੇ ਸੋ ਹੁਣ ਜਿਹੜਾ ਇੱਕ ਦਾ ਲੱਗਣਾ ਹੈ ਉਹ ਇਸ ਚੋਣ ਦੇ ਉੱਤੇ ਲੱਗਣਾ ਹੈ ਜੀ ਹੈਲੋ ਸਾਸੀਕਲ ਭਾਈ ਜੀ ਬਲਵੰਦਰ ਜੀ ਸਾਸਿਕਲ ਜੀ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਜੀ ਲਖਵੀਰ ਬੋ ਰਿਹਾ ਨਹੀਂ ਬਰਨਾਲਾ ਤੋਂ ਜੀ ਹਾਂਜੀ ਇਹ ਜਿਹੜਾ ਗੈਂਗਸਟਰ ਦਾ ਕਹਿੰਨ ਉਹ ਜੇ ਇਕੱਲਾ ਗੈਂਗਸਟਰ ਨਹੀਂ ਜਿਹਦਾ ਪਿੰਡਾਂ 'ਚ ਦੁਬਾਰਾ ਪਿੰਡਾਂ 'ਚੋਂ ਤਿਆਰ ਹੋ ਰਿਹਾ ਜੀ ਹਰੇਕ ਪਿੰਡ 'ਚ ਦੋ-ਦੋ ਗੈਂਗਸਟਰ ਬਣੇ ਹੋਏ ਆ ਜੀ ਪੁਲਿਸ ਵਾਲਿਆਂ ਨੂੰ ਵੀ ਪਤਾ ਪੁਲਿਸ ਦੀ ਇਹ ਸਾਰੀ ਉਹ ਨਾਲ ਲੈ ਕੇ ਜੀ ਪੁਲਿਸ ਆ ਹੀ ਨਹੀਂ ਰਹੀ ਜੇ ਕਿਸੇ ਨੂੰ ਘੇੜਦੇ ਆ ਉਹ ਫੋਨ ਕਰਦੇ ਪੁਲਿਸ ਜਮਾਂ ਨਹੀਂ ਆਉਂਦੀ ਜੀ ਹਾਂ ਪੁਲਿਸ ਦੇ ਉਹ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜੇ ਪੁਲਿਸ ਆਏ ਇਹ ਮੈਂਟਚ ਵੀ ਸਭ ਕੁਝ ਕਰ ਸਕਦੀ ਹੈ ਜੀ ਜੀ ਮਿਹਰਬਾਨੀ ਮਿਹਰਬਾਨੀ ਲਖਵੀਰ ਜੀ ਬਿਲਕੁਲ ਜੀ ਪੁਲਿਸ ਚਾਹੇ ਤਾਂ ਕੁਝ ਵੀ ਕਰ ਸਕਦੀ ਆ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਉਸ ਵੇਲੇ ਵੀ ਖਿਆਲਾ ਪਿੰਡ ਸੀਗਾ ਜੀ ਉੱਥੇ ਲਗਾਤਾਰ ਜਿਹੜੀਆਂ ਖਬਰਾਂ ਸੀਗੀਆਂ ਕਿ ਉੱਥੇ ਲੁਕੇ ਰਹੇ ਕਿੰਨਾ ਟਾਈਮ ਠਹਿਰੇ ਰਹੇ ਗੈਂਗਸਟਰ ਜਿਨ੍ਹਾਂ ਨੇ ਉਹ ਸਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਜਵਾਰਕੇ ਪਿੰਡ ਤੋਂ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਸੀਗਾ ਇਹ ਪਿੰਡ ਜਿਹੜਾ ਸਿੱਧੂ ਮੂਸੇਵਾਲੇ ਦਾ ਪਿੰਡ ਹੈ ਉਹ ਮਾਨਸਾ ਤੋਂ ਜਿਹੜੀ ਤਲਵੰਡੀ ਸਾਬੋ ਨੂੰ ਸੜਕ ਜਾਂਦੀ ਹੈ ਤੇ ਜਿਹੜੀ ਮਾਨਸਾ ਕੈਂਚੀਆਂ ਤੋਂ ਸੁਨਾਮ ਵਾਲੇ ਪਾਸੇ ਨੂੰੋਂ ਦਾ ਪਹਿਲੇ ਪਿੰਡ ਖਿਆਲਾ ਉੱਥੇ ਸਾਰੀ ਰਾਤ ਰਹੇ ਨੇ ਹੂੰ ਤੁਸੀਂ ਹੈਰਾਨੀ ਇਸ ਗੱਲ ਦੀ ਸਮਝੋ ਮਾਨਸਾ ਜ਼ਿਲ੍ਹੇ ਤੋਂ ਚੱਲ ਕੇ ਹੂੰ ਬਾਗੇ ਪੁਰਾਣੇ ਜਾ ਪਹੁੰਚੀ ਉਹ ਜਿਹੜੀ ਗੱਡੀ ਖੋਹੀ ਸੀ ਜੀ ਤੇ ਕਿੰਨੇ ਕੁ ਚੌਕਸੀ ਸੀ ਜੀ ਇਹਨਾਂ ਦੀ ਆਮ ਤੌਰ ਤੇ ਜਦੋਂ ਵੱਡੀ ਬਾਹਰਦਾਲਤ ਹੁੰਦੀ ਆ ਤਾਂ ਚਾਰੇ ਪਾਸੇ ਨਾਕਾਬੰਦੀ ਹੋ ਜਾਂਦੀ ਹੈ ਜੀ ਇਥੋਂ ਤੱਕ ਕੇ ਜਿਹੜੀਆਂ ਪਿੰਡਾਂ ਦੀਆਂ ਸੰਪਰਕ ਸੜਕਾਂ ਨੇ ਉਹਨਾਂ ਨੂੰ ਵੀ ਪੜਤਾਲ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਮਾਨਸਾ ਤੋਂ 60 ਕਿਲੋਮੀਟਰ 63 ਕਿਲੋਮੀਟਰ ਇਹ ਗੱਡੀ ਚੱਲ ਕੇ ਚਲੀ ਗਈ ਕਿਸੇ ਨੂੰ ਦਿਸ ਗਈ ਨਹੀਂ ਜਿਵੇਂ ਇਹਨਾਂ ਨੇ ਲਖਵੀਰ ਹੋਰ ਅਨੇ ਕਿਹਾ ਕਿ ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਢੜੇ ਗੈਂਗਸਟਰ ਬਣ ਰਹੇ ਨੇ ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਇੱਥੇ ਆ ਕਿ ਉਹਨਾਂ ਦੀ ਪੜਤਾਲ ਇਹ ਕਾਰਨ ਲੱਭੋ ਕਿ ਉਹ ਬਣ ਕਿਉਂ ਰਹੇ ਜੀ ਜੀ ਬਿਲਕੁਲ ਜੀ ਜਿਹੜੀ ਗੱਲ ਕੀਤੀ ਸੀ ਅਗਲੀ ਉਹ ਕੀਤੀ ਸੀ ਜਲੰਧਰ ਲੋਕ ਸਭਾ ਦੀ ਉਪ ਚੋਣ ਦੀ ਜੀ ਉਮੀਦ ਆ ਕਿ ਮਸਾਖੀ ਤੱਕ ਇਹ ਹੋ ਜਾਏਗੀ ਤੇ ਪਰ ਰਹੇਗੀ ਸਾਲਕ ਕਿਉਂਕਿ ਮਈ ਦੇ ਵਿੱਚ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆ ਜਾਣੀਆਂ ਨੇ ਇਦਿ ਲਈ ਜਿਹੜਾ ਲਤੀਪੁਰ ਮਾਮਲਾ ਹੈ ਉਹ ਬਹੁਤ ਜ਼ਿਆਦਾ ਅੱਗੇ ਆਏਗਾ ਅੱਜ ਇੱਕ ਅਖਬਾਰ ਨੇ ਖਬਰ ਛਾਪੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੂੰ ਇਹ ਜਲੰਧਰ ਵਾਲੀ ਘਟਨਾ ਤੋਂ ਬਹੁਤ ਖਫਾ ਨੇ ਬਾਜੀ ਬਾਹ ਚੋਣ ਆ ਗਈ ਹੁਣ ਸਾਬਾਦਰ ਖਫਾ ਹੋ ਗਏ ਸਰਕਾਰ ਦੇ ਹੱਟ ਤਾਂ ਉਹ ਨੇ ਇਹ ਹੁਣ ਤੱਕ ਕਿਉਂ ਨਾ ਦੱਸਿਆ ਹੁਣ ਚੋਣ ਆ ਗਈ ਹੈ ਚੋਣ ਦੇ ਵਿੱਚ ਕਿਤੇ ਸੰਗਰੂਰ ਨਾ ਸੰਗਰੂਰ ਵਾਲਾ ਟ੍ਰੇਲਰ ਨਾਂ ਫਿਲਮ ਦੇ ਵਿੱਚ ਬਦਲ ਜਾਵੇ ਇਹ ਗੱਲ ਚਿੰਤਾਖਾਨ ਲੱਗ ਗਈ ਹੈ ਇਹੋ ਕਾਰਨ ਹੈ ਕਿ ਪੰਜਾਬ ਮਾਮਲਿਆਂ ਦੇ ਜਾਰਜ ਡਾਕਟਰ ਸੰਦੀਪ ਪਾਠਕ ਉਹਨਾਂ ਨੇ ਸੱਦਲੇ ਚੰਡੀਗੜ੍ਹ ਇਕੱਲੇ ਬੰਦੇ ਆਓ ਜੀ ਫਿਰ ਆਪਾਂ ਮਜ਼ਬੂਤ ਕਰੀਏ ਪਾਰਟੀ ਨੂੰ ਹੁਣ ਤੱਕ ਤਾਂ 10 ਮਹੀਨਿਆਂ ਚ ਪਾਰਟੀ ਮਜ਼ਬੂਤ ਹੋਈ ਨਾ ਕਾਡਰ ਤੁਹਾਡਾ ਕਿਤੇ ਨਹੀਂ ਅਕਾਲੀ ਭਾਜਪਾ ਕਾਂਗਰਸ ਤੋਂ ਅੱਕੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਤੀਆਂ ਜੋ ਸਬਜਬਾਬ ਤੁਸੀਂ ਦਿਖਾਏ ਤੁਹਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿਖਾਏ ਲੋਕਾਂ ਨੇ ਸੱਚ ਮੰਨ ਵਾਲੇ ਫਿਰ ਤੁਸੀਂ ਕਹਿੰਦੇ ਹੋ ਬਿਲਕੁਲ ਇਹ ਚੋਣ ਆ ਗਈ ਹੈ ਜੀ ਜਿਹੜੀ ਸੀਟ ਹੈ ਮੈਂ ਫਿਰ ਕਹਿੰਦਿਆਂ ਕੱਲ ਵੀ ਕੁਝ ਸਾਡੇ ਕੌਲਰ ਜੀ ਨੇ ਪੁੱਛਿਆ ਸੀ ਕਿ ਉਹ ਆਮ ਸੀਟ ਹੈ ਕਰ ਰਜਰਵ ਸੀਟ ਹੈ ਬਿਲਕੁਲ ਰਜਰਵ ਸੀਟ ਹੈ ਜੀ ਪਰ ਸਭ ਤੋਂ ਵੱਧ ਵਾਰ 14 ਵਾਰ ਇਹ ਸੀਟ ਕਾਂਗਰਸ ਦੀ ਝੋਲੀ ਪਈ ਹੈ ਚਾਰ ਵਾਰ ਕਾਂਗਰਸ ਵਿਰੋਧੀ ਇੱਕ ਵਾਰੀ ਇਥੋਂ ਸ਼੍ਰੀ ਇੰਦਰ ਕੁਮਾਰ ਗੁਜਰਾਲ ਨੇ ਪ੍ਰਧਾਨ ਮੰਤਰੀ ਬਣੇ ਸਨ ਉਹ ਵੀ ਚੋਣ ਜਿੱਤੇ ਸੀ ਸੋ ਤਰਵਿੰਦਰ ਜੀ ਹੂੰ ਦੂਜੇ ਪਾਸੇ ਬੀਬੀ ਮਯਾਵਤੀ ਨੇ ਕਹਿਤਾ ਕਿ ਜੀ ਅਸੀਂ ਅਕਾਲੀਆਂ ਨਹੀਂ ਕਿਸੇ ਦਾ ਕਿਸੇ ਨਾਲ ਗੱਠ ਜੋੜ ਨਹੀਂ ਰੱਖਣਾ ਹੂੰ ਤੇ ਅਕਾਲੀ ਦਲ ਦੇ ਡਾਕਟਰ ਚੀਮਾ ਕਹਿ ਰਹੇ ਨੇ ਸਾਡਾ ਤਾਂ ਗੱਠ ਜੋੜੀ ਰਹੇਗਾ ਹੂੰ ਉਹਨਾਂ ਦੇ ਇੱਕ ਆਗੂ ਨੇ ਬੈਣੀਪਾਲ ਸਾਹਿਬ ਬੈਣੀਪਾਲ ਸਾਹਿਬ ਕਹਿੰਦੇ ਐ ਕਿ ਨਹੀਂ ਸਾਡਾ ਗੱਠ ਜੋੜ ਰਹੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਗੱਠ ਜੋੜ ਰਹਿਂਦਾ ਹੈ ਜਾਂ ਨਹੀਂ ਰਹਿੰਦਾ ਸੋ ਇਹਨਾਂ ਨੇ ਰਣਧੀਰ ਸਿੰਘ ਬੈਣੀਪਾਲਾ ਉਹਨਾਂ ਦਾ ਨਾਂ ਹਮ ਪਰ ਕੀਰਨ ਧੀਰ ਸਿੰਘ ਬੈਣੀਪਾਲ ਬੀਬੀ ਮਾਇਆ ਬਤੀ ਤੋਂ ਉੱਪਰ ਹੈ ਹੂੰ ਚੋਣ ਆ ਗਈ ਹੈ ਮੇਰਾ ਖਿਆਲ ਹੈ ਜਿਵੇਂ ਅਖਬਾਰ ਨੇ ਲਿਖਿਆ ਬਸਾਖੀ ਤੱਕ ਇਹਦੀ ਚੋਣ ਹੋ ਸਕਦੀ ਹੈ ਇਸ ਤੋਂ ਬਾਅਦ ਕਵਰ कसे ਸਾਰੀਆਂ ਪਾਰਟੀਆਂ ਦੇ ਜਲੰਧਰ ਦੇ ਵਿੱਚ ਵੀ ਰਾਂ ਘੱਟ ਕੇ ਲੱਗ ਜਾਣਗੇ ਤੇ ਪੰਜਾਬ ਦਾ ਜਿਹੜਾ ਵਿਕਾਸ ਖੜੋਤ ਹੈ ਉਹ ਫੇਰ ਆ ਜੀਗੀ ਜੀ ਕੋਲਰ ਲਾਈਨ ਤੇ ਨੇ ਹੈਲੋ ਹੈਲੋ ਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਹਾਂ ਜੀ ਕੰਨਾ ਦੇਖੋ ਚਾਈਨਾ ਡੋਰ ਦੇ ਉੱਤੇ ਲਗਾਤਾਰ ਬਹੁਤ ਕਥੀ ਜਾ ਰਹੀ ਹੈ ਜਿਹੜੇ ਵੀ ਬੰਦੇ ਚਾਈਨਾ ਡੋਰ ਕੰਨਾ ਵੇਚ ਰਹੇ ਆ ਜਿਹੜੇ जख्मी ਰ ਆ ਉਹਨਾਂ ਦਾ ਖਰਚਾ ਜਿਹੜੇ ਵੇਚਣ ਵਾਲਿਆਂ ਉਹਨਾਂ ਦੇ ਉੱਤੇ ਪਾਇਆ ਜਾਵੇ ਇਹਨਾਂ ਨੂੰ ਘੱਟੋ ਘੱਟ 6 ਮਹੀਨੇ ਦਾ ਇਹਨਾਂ ਨੂੰ ਜ਼ਮਾਨਤ ਨਹੀਂ ਹੋਣੀ ਚਾਹੀਦੀ ਇਹ ਜੀ ਸਾਹਮਣੂ ਹਦਾਇਤ ਹੋਣੀ ਚਾਹੀਦੀ ਵੀ 6 ਮਹੀਨੇ ਕੋਈ ਜ਼ਮਾਨਤ ਨਹੀਂ ਹੋਏ ਦੂਜੇ ਨੰਬਰ ਤੇ ਜੀ ਇੱਕ ਗੰਤਨਸਰ ਦੀ ਬਸ ਆ ਰਹੀ ਆਪਣੇ ਤੇ ਦੇਖੋ ਕੋਈ ਚੈਕਿੰਗ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਹੀ ਸ਼ਹਿਰ ਦੇ ਵਿੱਚ ਜਰਾ ਬਿਉਰੇ ਦੋ ਜੀ ਧੰਨਵਾਦ ਜੀ ਜੀ ਬਿਲਕੁਲ ਜੀ ਢਿਲ ਸਭ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਇਹੀ ਚਰਚਾ ਕੀਤੀ ਸੀ ਖਾਸ ਤੌਰ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਦੇ ਕੋਲ ਕਿ ਜਿਹੜੇ ਦੁਕਾਨਦਾਰ ਵੇਚ ਰਹੇ ਨੇ 176 ਦੇ ਕਰੀਬ ਜਿਹੜੇ ਮਾਮਲੇ ਵੀ ਦਰਜ ਹੋਏ ਨੇ ਇਸ ਚੈਨਲ ਔਰ ਨੂੰ ਲੈ ਕੇ ਤਾਂ ਇਸੇ ਦੇ ਚੱਲਦੇ ਆ ਜਿਹੜੀ ਜੜ ਉਹਦੇ ਵੱਲ ਕੋਈ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਜਾ ਰਿਹਾ ਜਿਹੜੀਆਂ ਫੈਕਟਰੀਆਂ ਦੇ ਵਿੱਚ ਇਹ ਬਣਦੀ ਆ ਜਿੱਥੋਂ ਐਕਸਪੋਰਟ ਇੰਪੋਰਟ ਹੁੰਦੀ ਆ ਉੱਥੇ ਲਗਾਮ ਕੱਸੀ ਜਾਵੇ ਤਾਂ ਉੱਥੇ ਹੀ ਇਹਦਾ ਹੱਲ ਨਿਕਲ ਸਕਦਾ ਹੈ ਪਰ ਜਦੋਂ ਦੁਕਾਨਾਂ ਤੇ ਆ ਗਈ ਵਿਕ ਗਈ ਬਾਜ਼ਾਰਾਂ ਦੇ ਵਿੱਚ ਪਹੁੰਚ ਗਈ ਕੱਲੀ-ਕੱਲੀ ਦੁਕਾਨ ਛੰਟਣਾ ਕਿੰਨਾ ਮੁਸ਼ਕਲ ਹੈ ਇਹਦੇ ਨਾਲੋਂ ਤਾਂ ਮਾਰਕਾ ਵੀ ਲੱਗਿਆ ਹੁੰਦਾ ਮਾਰਕੇ ਵਾਲੀ ਕੰਪਨੀ ਤੋਂ ਤੇ ਸਿੱਧੀ ਕਾਰਵਾਈ ਹੋਵੇ ਜੀ ਨਹੀਂ ਨਹੀਂ ਦੋ ਗੱਲਾਂ ਨੇਗੀਆਂ ਅੱਜ ਕਹਿ ਦਿਓ ਕਿ ਸੱਚੇ ਜ਼ਿੰਮੇਵਾਰ ਹੈ ਜਿਹਦੇ ਇਲਾਕੇ 'ਚੋਂ ਵੇਗੀ ਉਹ ਆਪ ਦੀ ਵਰਦੀ ਲਾ ਕੇ ਸਿੱਧਾ ਜਾ ਕੇ ਪੁਲਿਸ ਲੈਣ ਹਾਜ਼ਰੀ ਪਾ ਲੈ ਜੇ ਵੇਗੀ ਦਾ ਕਹਿ ਦਿਓ ਤੁਹਾਡੀ ਗੱਲ ਵੀ ਠੀਕ ਹੈ ਕਿ ਜਿੱਥੇ ਇਹ ਬਣਦੀ ਹੈ ਜੀ ਕਹਿੰਦੇ ਆ ਕਿ ਚੋਰ ਨੂੰ ਮਾਰੋ ਉਹਦੀ ਮਾਂ ਨੂੰ ਮਾਰੋ ਤਾਂ ਕਿ ਕੋਈ ਨਵਾਂ ਚੋਰ ਪੈਦਾ ਨਾ ਕਰੇ ਹੂੰ ਇਹ ਉੱਥੇ ਜਾ ਕੇ ਨੱਪਣੇ ਚਾਹੀਦੇ ਆ ਉਥੋਂ ਥੜਾ ਥੜਾ ਵਿਕਰੀ ਇਹਦੀ ਗੱਲ ਛੱਡੋ ਸੁਪਰੀਮ ਕੋਰਟ ਤੱਕ ਨੇ ਕਹਿਤਾ ਕਿ ਪ੍ਰੈਸ਼ਰ ਹਾਰਨ ਗੈਰ ਕਾਨੂੰਨੀ ਨੇ ਹੂੰ ਤੇ ਫੇਰ ਥੜਾ ਥੜਾ ਵੀ ਕੀ ਜਾਂਦੇ ਆ ਪਾ 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 ਕਰਦੇ ਸੜਕਾਂ ਦੇ ਉੱਤੇ ਕਈ ਵਾਰੀ ਦਿਲ ਦੇ ਮਰੀਜ਼ ਹੁੰਦੇ ਆ ਉਹਦੇ ਕੰਨ ਤੇ ਮਾਰਨਗੇ ਜਾ ਕੇ ਨੇੜੇ ਕੰਨ ਬੁਲਾ ਕਰਨ ਵਾਲਾ ਕਰ ਦਿੰਦੇ ਆ ਕਿਉਂਕਿ ਇੱਕ ਵਿਸ਼ੇਸ਼ ਡੈਸੀਬਲ ਤੋਂ ਜ਼ਿਆਦਾ ਜਦੋਂ ਆਵਾਜ਼ ਸਾਡੇ ਕੰਨਾਂ ਨੂੰ ਪਵੇਗੀ ਉਹ ਬੰਦਿਆਂ ਨੂੰ ਬੋਲੇ ਪਰ ਬਲੇ ਪਾਸੇ ਤੋੜ ਦਿੰਦੀ ਹੈ ਸੋ ਮੇਰੀ ਇਹਨਾਂ ਮਾਮਲਿਆਂ ਦੇ ਵਿੱਚ ਬੇਨਤੀ ਹੈ ਕਿ ਕਰੋ ਕਾਨੂੰਨ ਨਾ ਬਣਾਓ ਕਾਨੂੰਨ ਦੀ ਪਾਲਣਾ ਕਰਾਓ ਜੇ ਕਾਨੂੰਨ ਦੀ ਪਾਲਣਾ ਕਰਾਉਂਗੇ ਤਾਂ ਸਾਰਾ ਕੁਛ ਸੱਦ ਹੋ ਜਾਵੇਗਾ ਨਹੀਂ ਤਾਂ ਜਿਨੇ ਮਰਜੀ ਵੇ ਕਾਨੂੰਨ ਬਣਾਓ ਆ ਇੱਕਾ ਹੋਰ ਬਣਾਇਆ ਸੀ ਤਾਜਾ ਕਿ ਮਹਿਰਜ ਪੈਲਸਾਂ ਦੇ ਮੂਰੇ ਉਹ ਸ਼ਰਾਬ ਵਾਲੀ ਫੂਕ ਮਰਵਾਓ ਚੱਲ ਗਈ ਉਹ ਤਾਂ ਹਾਤਿਆਂ ਬਾਹਰ ਮਰਵਾਉਣੀ ਚਾਹੀਦੀ ਸੀ ਜੱਪੀਰੋਂ ਹੜਗੇ ਲੋਕ ਹੂੰ ਜਿਹੜੀ ਬੜੀ ਮੋਟੀ ਕਮਾਈ ਪੰਜਾਬ ਸਰਕਾਰ ਨੂੰ ਹੁੰਦੀ ਐ ਅਕਸਾਈ ਤੋਂ ਹੁੰਦੀ ਐ ਜੇ ਇੱਥੇ ਦਾਰੂ ਵੀ ਨਹੀਂ ਬਿਕਣੀ ਬੰਦ ਹੋ ਗਈ ਇਹਨਾਂ ਦਾ ਦਬਾਲਾ ਨਿਕਲ ਜਾਏਗਾ ਜੀ ਜੀ ਤੇ ਸਾਡੇ ਦਰਸ਼ਕ ਸਾਨੂੰ ਪੁੱਛ ਰਹੇ ਨੇ ਜੀ ਪੂਰਾ ਸਿੰਘ ਹੋਰੀ ਸਾਡੇ ਨਾਲ ਜੁੜੇ ਨੇ ਉਹ ਕਹਿੰਦੇ ਨੇ ਕਿ ਜਿਹੋ ਜਾਂ ਹਾਲ ਜਾਂ ਭਾਜਪੀ ਦਾ ਮੇਰ ਚੰਡੀਗੜ੍ਹ ਦੇ ਵਿੱਚ ਬਣਿਆ ਤਾਂ ਦਿੱਲੀ ਨਗਰ ਨਿਗਮ ਦੇ ਵਿੱਚ ਵੀ ਜੇ ਆ ਕੁਝ ਹੋ ਸਕਦਾ ਜੀ ਕਾਲਰ ਲਾਈਨ ਤੇ ਨੇ ਹੈਲੋ ਮੈਂ ਹਸੋ ਸੀਗਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਸਰ ਮੈਂ ਸੁਖندر ਸਿੰਘ ਹੋਰਾਂ ਹੇ ਕਪੂਰਥਲਾ ਦਾ ਜੀ ਇਹ ਜਨਾਬ ਹੈ ਜੋ ਵੀ ਏਰੀਆ ਸੋਆਂੀਆਂ ਹੋੜੀਆਂ ਨੇ ਸਭ ਕੋਈ ਹਟ ਸਕਦੀਆਂ ਨੇ ਚੱਕਰ ਕਿਹਾ ਹੈ ਕਿ ਜਿੰਨਾ ਤੇਰੇ ਨੇਤਾ ਲੋਕਾਂ ਦੀ ਆਪਣੀ ਜਿਹੜੀ ਮਨਮਾਨੀ ਨਹੀਂ ਹਟੇਗੀ ਉਹਨਾਂ ਦੇਰ ਕੁਝ ਵੀ ਨਹੀਂ ਹਟਣਾ ਕਿਉਂਕਿ ਇਹਨਾਂ ਨੂੰ ਜੇ ਹੁਣ ਮੰਨ ਲਓ ਫਰਦ ਕਰੋ ਬਿਜਲੀ ਹੈ ਤੇ ਬਿਜਲੀ ਵੀ 4000 ਯੂਨਟ ਫ੍ਰੀ ਹੈ ਜਾਂ ਦੂਜਾ ਵੀ ਕਿ ਹਰ ਚੀਜ਼ ਦੇ ਵਿੱਚ ਇਹਨਾਂ ਨੂੰ ਫ੍ਰੀ ਹੈ ਤੇ ਮੈਡੀਕਲ ਹਨ ਮੈਡੀਕਲ ਵੀ ਇਹਨਾਂ ਨੂੰ ਫ੍ਰੀ ਹੈ ਬਾਹਰ ਜਾਂਦੇ ਨੇ ਸਭ ਕੁਝ ਕਿਰਾਇਆ ਤੱਕ ਵੀ ਸਭ ਕੁਝ ਇਹਨਾਂ ਦਾ ਮਤਲਬ ਫ੍ਰੀ ਹੁੰਦਾ ਇਹ ਸਭ ਕੁਝ ਬੰਦ ਹੋ ਜਾਏ ਤੇ ਆਟੋ ਮੈਡੀਕਲ ਤੇ ਹਸਪਤਾਲ ਵਧੀਆ ਹੋ ਜਾਣ ਤੇ ਸਭ ਕੁਝ ਵਧੀਆ ਹੋ ਸਕਦਾ ਹੈ ਥੈਂਕ ਯੂ ਜੀ ਮਿਹਰਬਾਨੀ ਜੀ ਤੇ ਇਹਦੇ ਉੱਤੇ ਆਪਾਂ ਵੀ ਨਾਲ ਜੁੜੀ ਹੋਈ ਖਬਰ ਦੇ ਉੱਤੇ ਨਾਲ ਹੀ ਤੁਹਾਡਾ ਪ੍ਰतिकਰਮ ਜਾਣ ਲਾਂਗੇ ਜੀ ਪਾਵਰ ਕਾਮ ਕਬੀਰ ਸੰਕਟ ਦੇ ਵਿੱਚ ਉਹਦੇ ਤੇ ਵੀ ਦੱਸ ਦਿਓ ਜੀ ਕੋਈ ਸ਼ੱਕ ਨਹੀਂ ਜੀ ਤੇ ਕੋ ਚੋਣ ਬਾਰੇ ਜ਼ਰੂਰ ਦੱਸ ਦਿਓ ਕਿ ਉੱਥੇ ਕਿਹਦਾ ਪਲੜਾ ਭਾਰੀ ਹੋ ਸਕਦਾ ਦਿੱਲੀ ਨਗਰ ਨਿਗਮ ਚ ਦੇਖੋ ਜ਼ਿਆਦਾ ਤਾਂ ਇਹਨਾਂ ਦੀ ਜਿੱਤੇ ਨੇ ਹਾਂ ਆਮ ਆਦਮੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਪਰ ਭਾਰਤੀ ਜਨਤਾ ਪਾਰਟੀ ਟਕੜੰ 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 ਲੜਾ ਰਹੀ ਹੈ ਹੂੰ ਜੇ ਤਾਂ ਗਾਂਧੀ ਜੀ ਦੀ ਪੂਜਾ ਹੋ ਗਈ ਫਿਰ ਤਾਂ ਪਾਸਾ ਕੁਝ ਵੀ ਹੋ ਸਕਦਾ ਹੈ ਹੂੰ ਕਿਉਂਕਿ ਇਹ ਵੀ ਆਮ ਲੋਕ ਨੇ ਕਈ ਵਾਰ ਨੋਟ ਐਨੇ ਕ ਦਿਖਾ ਦਿੱਤੇ ਜਾਂਦੇ ਨੇ ਬੰਦਾ ਕਹਿੰਦਾ ਮੇਰੀਆਂ ਤਿੰਨ ਪੀੜੀਆਂ ਤੋਂ ਖਤਮ ਨਹੀਂ ਹੋਣੇ ਔਰ ਕਸ਼ਮਕਸ਼ ਉੱਥੇ ਚੱਲ ਰਹੀ ਹੈ ਦੇਖਦੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਪਹਿਲਾਂ ਪਿਛਲੀ ਵਾਰ ਜਦੋਂ ਇਕੱਠੇ ਹੋਏ ਸੀ ਉਦੋਂ ਨਾਮਜ਼ਦ ਵੋਟਾਂ ਨੂੰ ਲੈ ਕੇ ਰੌਲਾ ਪੈ ਗਿਆ ਸੀਗਾ ਜਏ ਉਮੀਦਵਾਰ ਨਾਮਜ਼ਦ ਕਰਨੇ ਆਂ ਔਰ ਭਾਰਤੀ ਜਨਤਾ ਪਾਰਟੀ ਕੇਂਦਰ ਚ ਸਤਾਇਚ ਹੈ ਦਿੱਲੀ ਦੇ ਵਿੱਚ ਸਤਾ ਕੇਜਰੀਵਾਲ ਸਾਹਿਬ ਦੇ ਹੱਥ ਚ ਹੈ ਦੇਖੋ ਹੁਣ ਕਿਸ ਬੰਦੇ ਨੂੰ ਗੁਣਾ ਪੈਂਦਾ ਔਰ ਕੀ ਭਾਰਤੀ ਜਨਤਾ ਪਾਰਟੀ ਦੀ ਟਕੜੰਬਾਜੀ ਪੂਰੀ ਹੁੰਦੀ ਹੈ ਪਰ ਜੇ ਉਹ ਚੀਜ਼ਾਂ ਪੂਰੀਆਂ ਹੁੰਦੀਆਂ ਨੇ ਤਰਵਿੰਦਰ ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ ਜੀ ਤੇ ਲੋਕ ਕਿਸੇ ਨੂੰ ਚੁਣ ਕੇ ਭੇਜਦੇ ਆ ਮੱਧ ਪ੍ਰਦੇਸ਼ ਦੇ ਵਿੱਚ ਲੋਕਾਂ ਨੇ ਕਾਂਗਰਸ ਚੁਣੀ ਉਹਨਾਂ ਨੇ ਆਪਸੀ ਤਮਾਚੜ ਪਾਇਆ ਗੋਆ ਵਿੱਚ ਵੀ ਭਾਰਤੀ ਜਨਤਾ ਪਾਰਟੀ ਆਪਦੀ ਸਰਕਾਰਾਂ ਬਣਾ ਕੇ ਜੀ ਤੇ ਉਹਦੇ ਉੱਤੇ ਪਾਵਰ ਕਾਮ ਤੇ ਤੁਹਾਡਾ ਪ੍ਰਤੀਕਰਮ ਜਾਣਾਂਗੇ ਪਰ ਇਸ ਤੋਂ ਪਹਿਲਾਂ ਇੱਕ ਵੱਡੀ ਤੇ ਅਹਿਮ ਖਬਰ ਇਹ ਹੈ ਕਿ راہਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ ਕੱਲ راہਲ ਗਾਂਧੀ ਹੋਰਾਂ ਨੇ ਟਵੀਟ ਆਪਣਾ ਇੱਕ ਬਿਆਨ ਦਿੱਤਾ ਸੀਗਾ ਪੰਜਾਬ ਸਰਕਾਰ ਨੂੰ ਲੈ ਕੇ ਕਿ ਪੰਜਾਬ ਤੋਂ ਪੰਜਾਬ ਚੱਲਣਾ ਚਾਹੀਦਾ ਦਿੱਲੀ ਤੋਂ ਚੱਲ ਰਿਹਾ ਹੈ ਰਿਮੋਟ ਨਾਲ ਸਰਕਾਰ ਚੱਲ ਰਹੀ ਹੈ ਤਾਂ ਉਹਦੇ ਉੱਤੇ ਹੁਣ ਦੁਬਾਰਾ ਫੇਰ ਜਦੋਂ ਭਗਵੰਤ ਸਿੰਘ ਮਾਨ ਹੋਰਾਂ ਨੇ ਟਵੀਟ ਕਰ ਦਿੱਤਾ ਕਿ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਕਿਉਂ ਬੋਲ ਰਹੇ ਨੇ ਤਾਂ ਦੁਬਾਰਾ ਫੇਰ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧ ਦਿੱਤਾ ਉਹ ਕਹਿੰਦੇ ਜੀ ਮੈਂ ਤਾਂ ਕਹਿਣਾ ਵੀ ਪੰਜਾਬ ਤੋਂ ਪੰਜਾਬ ਹੀ ਚਲਾਉਣਾ ਚਾਹੀਦਾ ਹੈ ਪੰਜਾਬ ਦਿੱਲੀ ਤੋਂ ਚਲਾਉਣ ਤੇ ਲੋਕ ਪਸੰਦ ਨਹੀਂ ਕਰਨਗੇ ਤੇ ਜਿਹੜਾ ਉਹਨਾਂ ਦੀ ਕੱਲ ਖਬਰਾਂ ਸੀਗੀਆਂ ਵੀਡੀਓ ਵੀ ਕਾਫੀ ਸਾਹਮਣੇ ਆਈ ਕਿ ਸੁਰੱਖਿਆ ਦੇ ਵਿੱਚ ਕੁਤਾਈ ਹੋਈ ਹੈ ਤਾਂ ਸੁਰੱਖਿਆ ਅਧਿਕਾਰੀ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਅਜੇ ਹਾਲ ਕੁਝ ਵੀ ਨਹੀਂ ਹੋਇਆ ਉਹ ਬੰਦਾ ਮੇਰੇ ਨੂੰ ਮਿਲਣ ਆ ਰਿਹਾ ਸੀਗਾ ਮਿਲ ਕੇ ਚਲਾ ਗਿਆ ਜੀ ਇਹ ਬਿਲਕੁਲ ਹੈ ਜੋ ਬੰਦਾ ਦਵਾ ਦਵਾ ਦਾ ਭੱਜ ਕੇ ਗਿਆ ਤੇ ਉਹਨੇ ਜਾ ਕੇ ਰਾਹੁਲ ਸਾਹਿਬ ਨੂੰ ਜੱਫੀ ਪਾ ਲਈ ਹਮ ਸੁਰੱਖਿਆ ਏਜੰਸੀਆਂ ਨੇ ਪਰੇ ਕਰਤਾ ਇਹਦੇ ਵਿੱਚ ਰਾਹੁਲ ਗਾਂਧੀ ਸਾਹਿਬ ਦਾ ਕਸੂਰ ਨਹੀਂ ਸੁਰੱਖਿਆ ਏਜੰਸੀਆਂ ਦਾ ਹੈ ਕਿ ਅਨ ਆਡੈਂਟੀਫਾਈਡ ਬੰਦਾ ਜਿਹੜਾ ਹੈਗਾ ਉਹ ਉੱਥੇ ਤੱਕ ਪਹੁੰਚ ਗਿਆ ਚਲੋ ਰਾਹੁਲ ਗਾਂਧੀ ਸਾਹਿਬ ਨੂੰ ਇਹ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਜੱਫੀ ਉਨਾ ਦੇਪੇਟਾ ਨੂੰ ਵੀ ਪਾਈ ਗਈ ਸੀ ਜਿਹੜੀ ਜਾਨਲੇ ਵਾਸਤੇ ਹੋਈ ਸੀ ਹੂੰ ਚਲੋ ਅੱਜ ਕੱਲੋ ਲੋਕਾਂ ਦੇ ਬਹੁਤ ਨੇੜੇ ਜਾ ਰਹੇ ਰਾਹੁਲ ਸਾਹਿਬ ਆਪਣੀ ਗੱਲ ਕਰਦੇ ਆਪਾ ਗਵੰਤਮਾਨ ਆਪਣੀ ਕਰਦਾ ਦੋਨੇ ਇੱਕ ਦੂਜੇ ਨੂੰ ਮੈਨੋ ਵੀ ਨਹੀਂ ਹੋਈ ਜਾਂਦੀ ਐ ਤੁਸੀਂ ਗੱਲ ਕੀਤੀ ਐ ਪਾਵਰ ਕਾਮ ਦੀ ਪਾਵਰ ਕਾਮ ਵੱਲ ਜਿਹੜਾ ਸਰਕਾਰੀ ਡਿਪਾਰਟਮੈਂਟਾਂ ਦਾ ਪਿਛਲੇ ਸਾਲ 2245 ਕਰੋੜ ਸੀ ਜੀ ਬਕਾਇਆ ਹੂੰ ਇਹ ਹੁਣ ਵੱਧ ਕੇ 2650 ਕਰੋੜ ਤੇ ਪਹੁੰਚ ਗਿਆ ਜੀ ਭਾਅ ਨਵੇਂ ਬੇਲੋ ਤੇ ਚੈਡ ਹੋ ਗਏ ਇਹ ਲੋਕ ਭਰਦੇ ਕਿਉਂ ਨਹੀਂ ਤੇ ਇਹਦਾ ਜਵਾਬ ਦੇਵੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਹ ਬਿਜਲੀ ਬੋਰਡ ਡੁੱਬਣਾ ਹੈ ਪਹਿਲਾਂ ਹੀ ਤੁਹਾਡੀਆਂ ਨੀਤੀਆਂ ਨਾਲ ਇਹ ਡੁੱਬਣ ਕਿਨਾਰੇ ਜਾ ਚੁੱਕਾ ਹੈ ਜਿਹੜਾ 23 ਤੇ 24 ਦਾ ਖਰਚਾ ਤਰਵਿੰਦਰ ਜੀ ਇਹ 42753 ਕਰੋੜ ਤੇ ਬਿਜਲੀ ਬੋਰਡ ਦੀ ਆਮਦਨ ਕਿੰਨੀ ਰਹੇਗੀ 38064 38064 ਕਰੋੜ ਤੇ ਜਿਹੜਾ 4159 ਦਾ ਨੁਕਸਾਨ ਹੋ ਗਿਆ 9900 ਪਿਛਲੇ ਸਾਲਾਂ ਦਾ ਬਕਾਇਆ ਪਿਆ 9900 ਕਰੋੜ ਕੁੱਲ 14109 ਕਰੋੜ ਦਾ ਬਿਜਲੀ ਬੋਰਡ ਘਾਟੇ 'ਚ ਜਾ ਰਿਹਾ ਹੈ ਜਿਹੜਾ ਕਿਸੇ ਵੇਲੇ ਵੱਧੇ 'ਚ ਹੁੰਦਾ ਸੀ ਹਮ ਔਰ 1996 ਤੋਂ ਮੁਕਤ ਖੋਰੀਆਂ ਦਾ ਸ਼ਿਕਾਰ ਉਸ ਤੋਂ ਪਹਿਲਾਂ ਮੁਨਾਫੇ ਵਾਲਾ ਅਦਾਰਾ ਹੁੰਦਾ ਸੀ ਇਹ ਲਗਾਤਾਰ ਘਾਟੇ ਵਿੱਚ ਜਾਂਦਾ ਜਾ ਰਿਹਾ ਹੈ ਇਹਦੇ ਤੇ ਜੇ ਨਾ ਸੋਚਿਆ ਗਿਆ ਤਾਂ ਇਹਨਾਂ ਨੂੰ ਕੋਲਾ ਖਰੀਦਣ ਵਾਸਤੇ ਬਿਜਲੀ ਖਰੀਦਣ ਵਾਸਤੇ ਪੈਸੇ ਨਹੀਂ ਹੋਣੇ 70 ਰੁਪਏ ਤੋਂ ਲੈ ਕੇ 8 ਰੁਪਏ ਯੂਨਟ ਬਿਜਲੀ ਖਰੀਦ ਕੇ ਹਮ ਮੁਕਤ ਦਿੱਤੀ ਜਾ ਰਹੀ ਹੈ ਇਹ ਕਿੱਥੋਂ ਦੀ ਸਿਆਣਪ ਹੈ ਹਮ ਤੇ ਪਤਾ ਨਹੀਂ ਭਗਵੰਤ ਸਿੰਘ ਮਾਨ ਦੇ ਕੋਲ ਕਿਹੜਾ ਆਰਥਿਕ ਮਾਹਰ ਬੈਠਾ ਹੈ ਸਾਡੇ ਪਿੰਚ ਪੁਰਾਣੇ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਪਤਾ ਨਹੀਂ ਫਲਾਣਿਆਂ ਦੇ ਕਿਹੜੀ ਮਾਰਨਿੰਗ ਹੁੰਦੀ ਐ ਪੈਸੇ ਤੇ ਪੈਸਾ ਬਣੀ ਜਾਂਦਾ ਐ ਮੇਰਾ ਕਹਿਲ ਇਹਦੇ ਤੇ ਸਿਆਸਤ ਦੀ ਥਾਤੇ ਕੁਝ ਕਰਕੇ ਦਿਖਾਓ ਜੇ ਅੱਜ ਘਾਟਾ 14000 109 ਕਰੋੜ ਪਹੁੰਚ ਗਿਆ ਅਗਲੀ ਵਾਰੀ 3-4000 ਹੋਰ ਹੋ ਗਿਆ ਤੇ ਇੱਕ ਦਿਨ ਕਰਜ਼ੇ ਲੈ ਲੈ ਕੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜਾ ਰੀਆਂ ਨੇ ਇਹ ਕਾਫੀ ਬੜੀ ਗੱਲ ਹੈ ਇਹਦੇ ਤੇ ਕੋਈ ਗਰਮੀ ਗੱਲ ਕਰਨੀ ਚਾਹੀਦੀ ਜੀ ਕੋਲਰ ਲਾਈਨ ਤੇ ਨਹੀਂ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਕਰਨਾਲ ਸਿੰਘ ਬਿੰਡੀਆਂ ਵਾਲਾ ਜ਼ਿਲ੍ਹਾ ਬਿੰਡਾ ਜੀ ਜੀ ਕਰਨਾਲ ਜੀ ਸਰ ਕਲਦੀਪ ਸਿੰਘ ਘੜੀ ਵਾਲਾ ਅੱਜ ਕਹੀ ਜਾਂਦੇ ਸੀ ਆਪਾਂ ਤੁਸੀਂ ਗੱਲ ਵੀ ਕਰੀਏ ਕੁਸ ਬੀ ਇੱਕ ਡੀਗਾਂ ਤੇ ਐਟ ਪਿਆਰ ਕਰੀ ਹੈ ਜੀ ਸਰ ਤੇ ਜਦੋਂ ਉਹਨਾਂ ਦੇ ਪੱਤਰਕਾਰਾਂ ਨੇ ਗੱਲ ਕਰੀ ਜੀ ਅਕੇ ਜਿਹੜੇ ਪਹਿਲਾਂ ਨੇ ਵੀ ਦਾ ਵੀ ਉਹਨਾਂ ਦਾ ਵੀ ਦੱਸੋ ਤੇ ਅਰਪਾਈ 22 ਤਰੀਕ ਨੂੰ ਇੱਕ ਇਹਨਾਂ ਨੇ ਸਕੀਮ ਕੱਢੀ ਸੀ ਜੀ ਵੀ ਸਬਸਿਡੀ ਦੇਵਾਣ ਦੇ ਸੰਧਾਂ ਤੇ ਤੇ ਮੁੜ ਕੇ ਉਹ ਵਧਾ ਕੇ ਇਹਨਾਂ ਨੇ ਪਹਿਲਾ 2 ਤਰੀਕ ਤੇ ਕਰ ਕਰੀ ਸੀ ਜੀ 2 ਜਨਵਰੀ ਚ ਕਰਾ ਫਿਰ ਇਹਨਾਂ ਨੇ 12 ਤੱਕ ਕਰਤੀ ਤੇ 12 ਤੱਕ ਉਹਦੇ ਤੇ ਵੀ ਉਹਦੀ ਵੀ ਨਹੀਂ ਆਇਆ ਇਹ ਐ ਤਾਂ ਕਿਹੜਾ ਕਰਤਾਨਤ ਬਾਲਾ ਦਾ ਕਜ਼ਾਨਤ ਉਹ ਐ ਬਹੂਰੀ ਜੀ ਵੀ ਐ ਤਰਾ ਹੀ ਦੀ ਕਿਥੋਂ ਖਰੀਦ ਲੋ ਆ ਜੀ ਪਹਿਲਾ ਜਾਲੀ ਦੀ ਬੰਦ ਕਰਨ ਇਹ ਜਾਲੀ ਦੀ ਤਾਂ ਇਹਨਾਂ ਤਾਂ ਬੰਦ ਨਹੀਂ ਹੋਈ ਜੀ ਇਹਨਾਂ ਦੇ ਰਾਜ ਤਾਂ ਨਰਵੇਂ ਰੱਬ ਜੀ ਮਿਹਰਬਾਨੀ ਜੀ ਮਿਹਰਬਾਨੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋ ਚੁੱਕੀ ਹੈ ਜੀ ਢਿੱਲੋ ਸਭ ਆਪਣਾ ਪ੍ਰਤੀਕਰਮ ਦੇ ਚੁੱਕੇ ਨੇ ਤੇ ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ ਜੀ ਅਗਲੀ ਖਬਰ ਸੁਖਵੀਰ ਸਿੰਘ ਬਾਦਲਹਰਾਂ ਦੇ ਨਾਲ ਜੁੜੀ ਹੋਈ ਹੈ ਸੁਖਵੀਰ ਸਿੰਘ ਬਾਦਲਹਰਾਂ ਨੇ ਕੱਲ ਮੁਲਾਕਾਤ ਕੀਤੀ ਆ ਪਰਿਵਾਰ ਨੂੰ ਮਿਲੇ ਨੇ ਸਤਵੰਤ ਸਿੰਘ ਦੇ ਸਤਵੰਤ ਸਿੰਘ ਕੌਣ ਨੇ ਹਮ ਜਿਨ੍ਹਾਂ ਨੇ 1984 ਦੇ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇન્દਰਾ ਗਾਂਧੀ ਨੂੰ ਕਤਲ ਕੀਤਾ ਸੀ ਬਿਆਨਤ ਸਿੰਘ ਤੇ ਸਤਵੰਤ ਸਿੰਘ ਕਲਤ ਸਕबीर ਸਿੰਘ ਸਤਵੰਤ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਸਤੇ ਪਹੁੰਚੇ ਹਮ ਅਸਲ ਦੇ ਵਿੱਚ ਜਦੋਂ ਤੋਂ ਪਹਿਲਾਂ ਇਹਨਾਂ ਨੇ ਬرائی 1996 ਦੇ ਵਿੱਚ ਪੰਥਕ ਸੋਚ ਤਿਆਗ ਕੇ ਸੁਖਵੀਰ ਸਿੰਘ ਨੇ ਬਣਾਈ ਪੰਜਾਬੀ ਪਾਰਟੀ ਹਮ ਬੜੀ ਵੱਲੇ ਬੱਲੇ ਹੋਈ ਸੀ ਕਮਾਲ ਕਰਤੀ ਸੁਖਵੀਰ ਸਿੰਘ ਨੇ 2007 ਤੇ 2012 ਲਗਾਤਾਰ ਦੋ ਵਾਰ ਜਿੱਤ ਗਏ ਤੇ ਸੁਖਵੀਰ ਸਿੰਘ ਨੇ ਐਲਾਨ ਕਰਤਾ ਸੀ ਕਿ ਅਸੀਂ 25 ਸਾਲ ਰਾਜ ਕਰਨਾ ਹੈ ਹੂੰ ਦੋ ਵਾਰ ਜਿੱਤੇ ਸੀ ਹੁਣ ਦੋ ਵਾਰ ਹਾਰ ਗਏ ਹੂੰ ਔਰ ਕਿਸੇ ਤਰੀਕੇ ਨਾਲ ਪੈਰ ਧਰਾਵਾ ਹੁੰਦਾ ਨਹੀਂ ਹੋ ਰਿਹਾ ਇਹ ਖਬਰ ਇੱਕ ਅੰਗਰੇਜ਼ੀ ਅਖਬਾਰ ਨੇ ਛਾਪੀ ਹੈ ਉਹਦੇ ਵਿੱਚ ਇੰਜ ਲੱਗ ਰਿਹਾ ਹੈ ਕਿ ਸੁਖਬੀਰ ਸਿੰਘ ਦੁਆਰਾ ਪੰਥਕ ਸਫਾ ਨੂੰ ਹੂੰ ਮੋੜ ਸਰਜੀਤ ਕਰਨ ਵਾਸਤੇ ਲੱਗੇ ਹੋਏ ਨੇ ਕਿ ਅਕਾਲੀ ਦਲ ਨੂੰ ਮੋੜ ਪੰਥਕ ਬਣਾ ਲਿਆ ਜਾਵੇ। ਔਰ ਜਦੋਂ ਕੇਂਦਰ ਵਿੱਚ ਭਾਈਵਾਲ ਸੀ ਉਦੋਂ ਬੰਦੀ ਸਿੰਘ ਯਾਦ ਨਹੀਂ ਆਏ। ਬਾਪੂ ਸੂਰਤ ਸਿੰਘ ਵਰਗੇ ਇੱਥੇ ਧਰਨਿਆਂ ਤੇ ਬੈਠੇ ਰਹੇ। 2019 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਕਹਿ ਗਏ ਸੀ ਕਿ ਬੰਦੀ ਸਿੰਘ ਛੱਡ ਦੇਣੇ ਐ। ਸਰਕਾਰ 'ਚ ਭਾਈਵਾਲ ਉਹਨੂੰ ਪਰਸਿਉਨਾ ਕੀਤਾ ਹੁਣ ਜਾਂ ਇਧਰ ਕੇ ਰਹੇ ਨਾ ਉਧਰ ਕੇ ਰਹੇ ਹੂੰ ਤੇ ਹੁਣ ਸੁਖਬੀਰ ਸਿੰਘ ਹੋਰੀ ਪੰਥਕ ਜ਼ਮੀਨ ਤਲਾਸ਼ਨ ਵਾਸਤੇ ਯਤਨ ਕਰ ਰਹੇ ਨੇ ਸੋ ਉਹ ਸਤਵੰਤ ਸਿੰਘ ਦੇ ਪਰਿਵਾਰ ਨੂੰ ਪਹਿਲਾਂ ਹੋਰ ਵੀ ਕਈ ਗਰਮ ਖਿਆਲੀਆਂ ਦੇ ਪਰਿਵਾਰਾਂ ਵਿੱਚ ਜਾਂ ਸਿੱਖ ਪੰਥਕ ਧਿਰਾਂ ਵਾਲਿਆਂ ਦੇ ਵਿੱਚ ਜਾ ਰਹੇ ਨੇ ਤੇ ਉਧਰੋਂ ਜਿਹੜੇ ਇਹਨਾਂ ਦੇ ਆਪ ਦੇ ਚਿਹਤੇ ਸੀ ਅਕਾਲੀ ਉਹ ਛੱਡ ਛੱਡ ਕੇ ਜਾ ਰਹੇ ਨੇ ਅਪਾ ਗੱਲ ਕੀਤੀ ਸੀ ਬੀਬੀ ਮੰਜੂ ਕ੍ਰੈਸ਼ੀ ਦੀ ਤੇ ਪ੍ਰਕਾਸ਼ ਚੰਦ ਗਰਗ ਸੰਗਰੂਰ ਵਾਲੇ ਹੂੰ ਇਹ ਆ ਪਿਛਲੇ 3 ਦਿਨਾਂ ਦੇ ਵਿੱਚ ਹੀ ਦੋ ਆਗੂ ਛੱਡ ਗਏ ਨੇ ਅਕਾਲੀ ਦਲ ਨੂੰ ਜੀ ਜੀ ਬਿਲਕੁਲ ਕਾਲਰ ਲਾਈਨ ਤੇ ਨੇ ਜੀ ਹੈਲੋ 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 ਹਾਂਜੀ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਜੈਵੀਰ ਬੋਲਦਾ ਸੀ ਸ਼ਰਦੂਲਗੜ ਤੋਂ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਟਿਲੂ ਸਾਹਿਬ ਮੈਂ ਇੱਕ ਗੱਲ ਕਰਨੀ ਸੀਗੀ ਜਿਵੇਂ 108 ਐਂਬੂਲੈਂਸ ਦੇ ਡਰਾਈਵਰਾਂ ਦੀ ਤਨਖਾਹ ਦਾ ਮਸਲਾ ਹੈਗਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਹੈਗਾ ਜੀ ਕਾਨੂੰਨ ਵੀ ਡਰਾਈਵਰ ਦੀ 17000 ਤਨਖਾਹ ਪਲੱਸ 12% ਪੀਐਫ ਹੈ ਜੀ ਮੈਂ ਐਸਪੀਸ਼ਲ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਜੀ ਤੇ ਜਦੋਂ ਤੱਕ ਇਹ ਮਤਲਬ ਸਾਡੀਆਂ ਗੱਡੀਆਂ ਚੱਲਦੀਆਂ ਐ ਜੀ ਇੱਥੇ ਠੇਕੇ ਦਿੱਤੇ ਹੋਏ ਐ ਜਦੋਂ ਤੱਕ ਠੇਕੇਦਾਰ ਹੈ ਨਾ ਉਹਨਾਂ ਦੀ ਤਨਖਾਹ ਤੇ ਪੀਐਫ ਨਹੀਂ ਪਾਉਂਦਾ ਕੰਪਨੀ ਬਿੱਲ ਪਾਸ ਨਹੀਂ ਕਰਦੀ ਹੂੰ ਜੀ ਉਹਨਾਂ ਨੂੰ ਦੇਖਣਾ ਹੀ ਪੈਂਦਾ ਹੈ ਤਾਂ ਕਰਕੇ ਇਹ ਨਲਾਇਕੀ ਥੋੜੀ ਜੀ ਸਰਕਾਰ ਦੀ ਇਹਦੇ ਵਿੱਚ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਵੀ ਜਦੋਂ ਤੱਕ ਤੁਸੀਂ ਇਹਨਾਂ ਦੀ ਪੂਰੀ ਤਨਖਾਹਾਂ ਨਾ ਦੇਓਗੇ ਇਹ ਬਿੱਲ ਪਾਸ ਨਹੀਂ ਕਰਾਂਗੇ ਇਹਦਾ ਇੱਕ ਮਿੰਟ ਕਿ ਸਿੱਧਾ ਹੋ ਜਾਣਗੇ ਜੀ ਕੰਮ ਜਿਹੜੇ ਪ੍ਰਾਈਵੇਟ ਕੰਪਨੀ ਆਲੇ ਜੀ 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 ਮਿਹਰਬਾਨੀ ਜੀ ਜੈ ਵੀਰ ਜੀ ਨੇ ਹੱਲ ਵੀ ਦੱਸਤਾ ਹੂੰ ਕਿ ਇਹਨਾਂ ਦੀ ਉਦੋਂ ਤੱਕ ਬਿੱਲ ਨਾ ਪਾਸ ਹੋਵੇ ਜੋ ਤੱਕ ਕਿ ਡਰਾਈਵਰਾਂ ਨੂੰ ਤਨਖਾਹ ਨਹੀਂ ਦੰਦੇ ਜੀ ਦੇਰੀ ਚਾਹੀਦੀ ਉਹਨੂੰ ਇੱਕ ਹਫਤਾ ਮੰਗਿਆ ਸਿਹਤ ਮੰਤਰੀ ਨੇ ਆਪਾਂ ਦੇਖਦੇ ਇੱਕ ਹਫਤੇ ਤੋਂ ਬਾਅਦ ਕੀ ਹੁੰਦਾ ਜੀ ਜੀ ਤੇ ਦੂਜੇ ਪਾਸੇ ਰਾਹੁਲ ਗਾਂਧੀ ਹੁਰਾਂ ਨੇ ਕੱਲ ਮੁਲਾਕਾਤ ਕੀਤੀ ਹੈ ਕਾਸ਼ੀਰਾਮ ਹੁਣਾ ਦੇ ਪਰਿਵਾਰ ਦੇ ਨਾਲ ਬਾਪੂ ਕਾਸ਼ੀਰਾਮ ਬੌਜਨ ਸਮਾਜ ਪਾਰਟੀ ਦੇ ਜਨਮਦਾਤਾ ਸਨ ਜੀ ਆਮੀ ਪਾਰਟੀ ਤੇ ਸਾਰੀ ਤੇ ਕਬਜ਼ਾ ਮਾਇਆਬਤੀ ਦਾ ਹੋ ਗਿਆ ਉਹ ਖੁਦ ਸੁਪਰੀਮੋ ਹੈ ਹੂੰ ਉਹਨਾਂ ਦੀ ਭੈਣ ਦੇ ਨਾਲ ਕੱਲ ਜਦੋਂ ਜਲੰਧਰ ਤੋਂ ਸ਼ਿਆਲਪੁਰ ਪਾਲੇ ਪਾਸੇ ਨੂੰ ਜਾ ਰਹੇ ਸਨ ਹੂੰ ਉਹਨਾਂ ਦੀ ਭੈਣ ਆ ਸਵਰਨ ਕੌਰ ਅੰਗਰੇਜ਼ੀ ਦੇ ਇੱਕ ਨਾਮਵਰ ਅਖਬਾਰ ਨੇ ਬਹੁਤ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਛਾਪਿਆ ਜਿਹੜਾ ਵਰਨੇਕੂਲਰ মিডিਆ ਉਹਦੇ ਵਿੱਚ ਕਿਦਰੇ ਨਹੀਂ ਪਰ ਇਹਨਾਂ ਨੇ ਇਹਨੂੰ ਬਹੁਤ ਪ੍ਰਮੁਖਤਾ ਦੇ ਨਾਲ ਛਾਪਿਆ ਅੱਜਕੱਲ੍ਹ ਕੱਲੇ ਯਾਤਰਾ ਦੇ ਵਿੱਚ ਔਰਤਾਂ ਦਾ ਦਨ ਸੀ ਹੂੰ ਬਹੁ ਗਿਣਤੀ ਔਰਤਾਂ ਸ਼ਾਮਲ ਹੋਈਆਂ ਸੀ ਤੁਸੀਂ ਦੇਖਿਆ ਹੋਣਾ ਕੇ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਉਹ ਵੀ ਸ਼ਾਮਲ ਹੋਏ ਸੀ ਹੂੰ ਇੰਜ ਲੱਗਦਾ ਕਿ ਰਾਹੁਲ ਗਾਂਧੀ ਦੇ ਨਾਲ ਕੋਈ ਟੀਮ ਕਾਫੀ ਸਮਝਦਾਰ ਤੇ ਜਿਹਨੂੰ ਰਾਜਨੀਤਿਕ ਪੱਖ ਦੀ ਕਾਫੀ ਸਮਝ ਹੈ ਹੂੰ ਉਹ ਚੱਲਦੀ ਹੈ ਪਤਾ ਲੱਗਾ ਕਿ ਇਸ ਖੇਤਰ ਦੇ ਵਿੱਚ ਜਿਵੇਂ ਜਲੰਧਰ ਵਾਲਾ ਜਾਂ ਦੋਆਬਾ ਖੇਤਰ ਹੈ ਇਹਦੇ ਵਿੱਚ ਜਿਹੜੀ ਅਨਸੂਚਿਤ ਜਾਤੀ ਵੋਟ ਹੈ ਇਹ ਬਹੁਤ ਜ਼ਿਆਦਾ ਹੈ ਜੀ ਬਾਕੀ ਹਲਕਿਆਂ ਦੇ ਮੁਕਾਬਲੇ ਜ਼ਿਆਦਾ ਹੈ ਸੋ ਅਜਿਹੇ ਵਿੱਚ ਬਾਬੂ ਕਾਸ਼ੀਰਾਮ ਦੀ ਭੈਣ ਨੂੰ ਮਿਲਣਾ ਹਮ ਰਾਜਨੀਤੀ ਵਿੱਚ ਇੱਕ ਨਵਾਂ ਮਹੱਤਵ ਸਮਝਿਆ ਜਾ ਰਿਹਾ ਹੈ ਔਰ ਰਾਹੁਲ ਗਾਂਧੀ ਸਾਹਿਬ ਨੇ ਕਾਫੀ ਟਾਈਮ ਉਹਨਾਂ ਦੇ ਨਾਲ ਕੋਲ ਬਤਾਇਆ ਫਿਰ ਉਹ ਅੱਗੇ ਗਏ ਇਸ ਗੱਲ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਰਾਹੁਲ ਗਾਂਧੀ ਸਾਹਿਬ ਜਿੱਥੇ ਯਾਤਰਾ ਕਰ ਰਹੇ ਨੇ ਭਾਰਤ ਜੋੜੋ ਉੱਥੇ ਰਾਜਨੀਤਿਕ ਜਿਹੜਾ ਉਹਨਾਂ ਦਾ ਕੰਮ ਹੈ ਹੂੰ ਉਹਨੂੰ ਵੀ ਨਾਲੋਂ ਨਾਲ ਕਰਦੇ ਜਾ ਰਹੇ ਨੇ ਔਰ ਪੂਰਾ ਉਤਸ਼ਾਹ ਪੰਜਾਬ ਦੇ ਵਿੱਚ ਇਸ ਯਾਤਰਾ ਦਾ ਬਣਿਆ ਹੋਇਆ ਤੇ ਮੇਰਾ ਖਿਆਲ ਹੈ ਇੱਕਦ ਤੱਕ ਉਹਨੂੰ ਜ਼ਿਆਦਾ ਵੀ ਇਸ ਖੇਤਰ 'ਚ ਰਹਿਣਾ ਚਾਹੁੰਦੇ ਨੇ ਕਿਉਂਕਿ ਜਿਮਨੀ ਚੋਂ ਆ ਚੁੱਕੀ ਹੈ ਬਿਲਕੁਲ ਜੀ ਦੂਜੇ ਪਾਸੇ ਨੌ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣ ਵਾਲੀਆਂ ਨੇ 2023 ਦੇ ਵਿੱਚ ਨੌ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਜਿਸ ਨੂੰ ਲੈ ਕੇ ਸਿਆਸੀ ਧਿਰਾਂ ਹੁਣ ਤੋਂ ਹੀ ਪਵਾਂ ਪਾਰ ਹੋ ਗਈਆਂ ਨੇ ਖਾਸ ਤੌਰ ਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੇ ਸੰਬੋਧਨ ਕਰਦਿਆਂ ਜਿੱਤ ਦਾ ਮੰਤਰ ਦਿੱਤਾ ਹੈ ਕਾਲਰ ਲਾਈਨ ਤੇ ਨੇ ਹਲੋ ਸਤਿ ਸ਼੍ਰੀ ਅਕਾਲ ਨਰਿੰਦਰ ਜੀ ਸਤਿ ਸ਼੍ਰੀ ਅਕਾਲ ਢਿਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਹਾਂ ਜੀ ਢਿਲੋ ਸਾਹਿਬ ਆਪਣੇ ਹੁਣ ਇੱਥੇ ਪਾਣੀ ਦੇ ਚਰਚਾਵਾਂ ਦਾ ਰੋਜ਼ ਹੀ ਹੁੰਦੀਆਂ ਨੇ ਵੀ ਪਾਣੀ ਥੱਲੇ ਤੁਰ ਗਿਆ 10 ਸਾਲਾਂ ਨੂੰ ਖਤਮ ਹੋ ਜੂਗਾ ਫਿਰ ਕੀ ਹੋਊਗਾ ਹੁਣ ਤੁਸੀਂ ਦੇਖੋ ਢੀਲੋ ਸਾਹਿਬ ਮੈਂ ਤਾਂ ਅਜ ਤੱਕ ਦੇਖੀ ਨਹੀਂ ਵੀ ਇੰਨੀ ਲੰਮੀ ਬੰਦੀ 2.5 ਮਹੀਨਿਆਂ ਤੋਂ ਉੱਤੇ ਹੋ ਗਿਆ ਜੀ ਨਹਿਰਾ ਬੰਦ ਪਈਆਂ ਨੇ ਲੋਕ ਟੂਲਾਂ ਦਾ ਪਾਣੀ ਲਾਉਂਦੇ ਪਏ ਨਹੀਂ ਜੀ ਕਣਕਾਂ ਨੂੰ ਜੀ ਤੇ ਤੁਸੀਂ ਦੇਖੋ ਵੀ ਸਰਕਾਰ ਦੇ ਇਸ ਪਾਸੇ ਕੋਈ ਧਿਆਨ ਨਹੀਂ ਵੀ ਇਹ ਕੱਤੋਂ ਬੰਦ ਕਰ ਛੱਡੀਆਂ ਨੇ ਉਹੀ ਗੱਲ ਹੈ ਇੱਕ ਪਾਸੇ ਰਾਜਸਥਾਨ ਨੂੰ ਥੱਲੇ ਕੰਕਰੀਟ ਲਾ ਲਾ ਕਿਤੇ ਉਹੀ ਗੱਲ ਹੈ ਪਾਣੀ ਭੇਜ ਰਹੇ ਨੇ ਵੀ ਤੁਪਕਾ ਵੀ ਥੱਲੇ ਧਰਤੀ 'ਚ ਨਾ ਜਾਵੇ ਤੇ ਨਾ ਕੋਈ ਪੈਸਾ ਸਾਨੂੰ ਮਿਲਦਾ ਪਿਆ ਜੀ ਇਹ ਨਹਿਰਾ ਤਾਂ ਥੱਸੋਂ ਘੱਟ ਚਲਾਨੀਆਂ ਚਾਹੀਦੀਆਂ ਨੇ ਜੀ ਇਹਨਾਂ ਨੂੰ ਜੀ ਧੰਨਵਾਦ ਜੀ ਮਿਹਰਬਾਨੀ ਜੀ ਮਿਹ ਉਹ ਕਹਿੰਦੇ ਨਹਿਰਾਂ ਦੇ ਵਿੱਚ ਲਗਾਤਾਰ ਬੰਦੀ ਹੈ ਬਿਲਕੁਲ ਮੈਂ ਇਹਨਾਂ ਦੀ ਗੱਲ ਦੇ ਸਾਲ ਸਹਿਮਤ ਹਾਂ ਕਿ 2.5 ਮਹੀਨੇ ਤੋਂ ਬੰਦੀ ਪਈ ਹੈ ਸਰਦੀ ਦੇ ਵਿੱਚ ਵੀ ਪਾਣੀ ਧਰਤੀ ਹੇਠਲਾ ਕੱਢਿਆ ਜਾ ਰਿਹਾ ਹੈ ਇਹਦੇ ਬਾਰੇ ਜੇ ਸਨਜਾਈ ਮੰਤਰੀ ਹੈ ਬਰਮਸ਼ੰਕਰ ਜਿੰਪਾ ਮੁੱਖ ਮੰਤਰੀ ਸਾਹਿਬ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਹੈ ਰੋਜ਼ ਤੁਰ ਫਿਰ ਕੇਆਂ ਨਿਯੁਕਤੀਆਂ ਵੰਡਤੀਆਂ ਆ ਕਰਤਾ ਆ ਕਰਤਾ ਆ ਕਰਤਾ ਮੈਨੂੰ ਕੱਲ ਇੱਕ ਆਗੂ ਮਿਲਿਆ ਦੂਜੀ ਪਾਰਟੀ ਦਾ ਉਹ ਕਹਿੰਦਾ ਜਿਹੜੀਆਂ ਨੇ ਝੁਕਤੀਆਂ ਅੱਜ ਦੇ ਰਹੇ ਨੇ ਦਰਅਸਲ ਸਾਡੀ ਪਾਰਟੀ ਬਲੇ ਦੀਆਂ ਪ੍ਰਕਿਰਿਆ ਸ਼ੁਰੂ ਹੋਈ ਵੀ ਐ ਆਪਾਂ ਇਹ ਗੱਲ ਕਰਦੇ ਆ ਕਿ ਨਦੀਆਂ ਦੀ ਬੰਦੀ ਹੈ ਜਿਹੜੀ ਮਾੜੀ ਹੈ ਤੁਰੰਤ ਪੱਦਰ ਦੇ ਉੱਤੇ ਦਿਓ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਚਾਹੀਦਾ ਲੋਕ ਤਾਂ ਆਮ ਪਾਣੀ ਨੂੰ ਤਰਸ ਰਹੇ ਨੇ ਤੇ ਦੂਸ਼ਤ ਖੇਤਰਾ ਦੇ ਵਿੱਚ ਵੀ ਪਾਣੀ ਵਧ ਰਿਹਾ ਹੈ ਜੀ ਤਰਬਿੰਦਰ ਜੀ ਜੀ ਬਿਲਕੁਲ ਖਬਰ ਇੱਕ ਹੋਰ ਵੀ ਅਹਿਮ ਆਗੀ ਉਹਦੇ ਤੇ ਵੀ ਚਰਚਾ ਕਰਾਂਗੇ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ YouTube ਚੈਨਲ ਨੂੰ ਅਪਗ੍ਰੇਡ ਕਰੇਗੀ ਜੀ ਤਰਬਿੰਦਰ ਜੀ ਪਿਛਲੇ ਸਾਲ ਮਈ ਦੇ ਵਿੱਚ ਜਦ ਦਰਸ ਜੀ ਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਆਪਣਾ YouTube ਚੈਨਲ ਬਣਾਓ ਜਿਹੜਾ ਇੱਕ ਪਰਿਵਾਰ ਦਾ ਨਿੱਜੀ ਚੈਨਲ ਸਾਰਿਆਂ ਨੂੰ ਪਤਾ ਪੀਟੀਸੀ ਉਹਦੀ ਹੂੰ ਨਿੱਜੀ ਚੈਨਲ ਜਿਹੜਾ ਗੁਰਬਾਣੀ ਪਤਾ ਹੀ ਸਾਰੀ ਦੁਨੀਆ ਨੂੰ ਪਤਾ ਕਿਹਨੂੰ ਨਹੀਂ ਪਤਾ ਹੈਗਾ ਜੀ ਕਿਉਂਕਿ ਗੁਰਬਾਣੀ ਇੱਕੋ ਇੱਕ ਚੈਨਲ ਪ੍ਰਸਾਰ ਕਰਦਾ ਹੈ ਹੂੰ ਉਹਦੇ ਉੱਤੇ ਵੀ ਉਹਦਾ ਮਾਰਕਾ ਤੇ ਉਹਦਾ ਨਾਮ ਲਿਖਿਆ ਹੁੰਦਾ ਹੈ ਉਹ ਇੱਕ ਨਿੱਜੀ ਪਰਿਵਾਰ ਦਾ ਚੈਨਲ ਦਾ ਚੈਨਲ ਹੈ ਸਾਰਿਆਂ ਨੂੰ ਪਤਾ ਹੈ ਕਿ ਇਸ ਗੱਲ ਦਾ ਉਹ ਕਹਿੰਦੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਬਣਾਓ ਇਹ ਅੱਜਗਲ ਨਿਕਲ ਕੇ ਸਾਹਮਣੇ ਆਈ ਹੈ ਕੱਲ ਜਦੋਂ ਧਮੀ ਸਾਹਿਬ ਬੋਲੇ ਜੀ ਕਿ ਉਸ ਨਿੱਜੀ ਚੈਨਲ ਨਾਲ ਜਿਹੜਾ ਸਮਝੌਤਾ ਹੋਇਆ ਸੀ ਉਹ ਜੁਲਾਈ ਤੱਕ ਹੈ ਉਹਦਾ ਜੁਲਾਈ ਤੱਕ ਖਤਮ ਹੋ ਜਾਏਗਾ ਤੇ ਹੁਣੇ ਫਿਰ ਧਾਮੀ ਸਾਹਿਬ ਨੇ ਵੜਕ ਮਾਰਤੀ ਹੈ ਜੱਦਰ ਸਾਹਿਬ ਨੇ ਤਾਂ ਕਿਹਾ ਸੀਗਾ 15 ਦਿਨ ਦੇ ਵਿੱਚ YouTube ਚੈਨਲ 1 ਮਹੀਨੇ ਦੇ ਵਿੱਚ ਸੈਟੇਲਾਈਟ ਚੈਨਲ ਸ਼ੁਰੂ ਕਰੋ ਹੁਣੇ ਕਹਿੰਦੇ ਸੀ ਅਪਗ੍ਰੇਡ ਕਰਨ ਜਾ ਰਹੇ ਹਾਂ ਕੁਝ ਕੰਮ ਸ਼ੁਰੂ ਕੀਤਾ ਜਿੱਥੇ ਗੁਰਬਾਣੀ ਦਾ ਆਡੀਓ ਪ੍ਰਸਾਰਣ ਹੋ ਰਿਹਾ ਅਜੇ ਵੀਡੀਓ ਪ੍ਰਸਾਰਣ ਨਹੀਂ ਹੋ ਰਿਹਾ ਹੂੰ ਔਰ ਨੇੜ ਭਵਿੱਖ ਦੇ ਵਿੱਚ ਅਸੀਂ ਇਹ ਸ਼ੁਰੂ ਕਰ ਦੇਵਾਂਗੇ ਚੰਗੀ ਗੱਲ ਹੈ ਇੱਕ ਚੈਨਲ ਕੋਲੇ ਇਹਦਾ ਅਧਿਕਾਰ ਕਿਉਂ ਹੋਵੇ ਇਹਦਾ ਟੈਂਡਰ ਦੇ ਦੇਣ ਲੋਕ ਪੈਸੇ ਦੇ ਕੇ ਚੈਨਲ ਲੈਣਗੇ ਕਿਉਂਕਿ ਅੱਜ ਬਿਸ਼ਪ ਦੇ ਵਿੱਚ ਜਿਹੜੀ ਗੁਰਬਾਣੀ ਹੈ ਉਹਨੂੰ ਸਰਵਨ ਕਰਨ ਦਾ ਰੁਝਾਨ ਲੋਕਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਵੱਧ ਗਿਆ। ਜੀ। ਉਹ ਦੇਰਾਏ ਦਰੋਸਤੇ ਨਿੱਜੀ ਨੂੰ ਕਹਿੰਦੇ ਹੁਣ ਬੰਦ ਕਰਾਂਗੇ। ਅਸਲ ਦੇ ਵਿੱਚ ਹੁਣ ਆ ਕੇ ਬੁੱਲੇ ਨੇ 8-7 ਮਹੀਨਿਆਂ ਬਾਅਦ ਉਹਦਾ ਹੁਣ ਟਾਈਮ ਹੀ 5 ਮਹੀਨੇ ਰਹਿ ਗਿਆ। ਹੂੰ। ਜੀ ਤਰਵਿੰਦਰ ਜੀ। ਜੀ ਬਿਲਕੁਲ ਕੋਲਰ ਵੀ ਲਾਈਨ ਤੇ ਨੇ ਦੂਜੇ ਪਾਸੇ ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਜਿਹੜਾ ਧਰਨਾ ਲੱਗਿਆ ਹੋਇਆ ਹੈ ਉਹਦੇ ਜਿਹੜਾ ਇੱਕ ਵਿਰੋਧ ਦੇ ਵਿੱਚ ਲੋਕ ਨੇ ਕਿ ਅਸੀਂ ਫੈਕਟਰੀ ਬੰਦ ਕਰਵਾਉਣੀ ਹੈ ਤੇ ਦੂਜੇ ਪਾਸੇ ਫੈਕਟਰੀ ਦੀ ਜਿਹੜੀ ਪੂਰੀ ਪ੍ਰਸ਼ਾਸਨ ਹੈ ਜਿਹੜੀ ਉੱਥੋਂ ਦੀ ਟੀਮ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਪ੍ਰਦਰਸ਼ਨ ਕਰਕੇ ਸਾਡਾ ਕਾਫੀ ਨੁਕਸਾਨ ਹੋ ਰਿਹਾ ਹੈ ਕਰੋੜਾਂ ਅਰਬਾਂ ਦਾ ਨੁਕਸਾਨ ਹੋਇਆ ਜਿਹਦੀ ਜਾਂਚ ਵਾਸਤੇ ਨੁਕਸਾਨ ਦਾ ਪਤਾ ਲਾਉਣ ਲਈ ਹਾਈ ਕੋਰਟ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹ ਕਮੇਟੀ ਅੱਜ ਉਸ ਜਗ੍ਹਾ ਦੇ ਉੱਤੇ ਪਹੁੰਚੀ ਹੈ ਜਿੱਥੇ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਅੰਕੜੇ ਜਟਾਉਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਮੈਂਬਰ ਨੇ ਜੀ ਜਸਟਿਸ ਆਰ ਕੇ ਨਹਿਰੂ ਸੇਵਾਮੁਕਤ ਨੇ ਤੇ ਐਡਵੋਕੇਟ ਬੱਬਰ ਖਾਨ ਵਧੀਕ ਕਮਿਸ਼ਨਰ ਆਪਕਾਰੀ ਅਤੇ ਕਰ ਵਿਰਾਜ ਤੜਕੇ ਉਹਨਾਂ ਨੇ ਵੱਖ-ਵੱਖ ਆਗੂਆਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਕਾਫੀ ਕੁਝ ਜਿਹੜਾ ਉੱਥੇ ਜਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਤੇ ਇਲਾਕਾ ਵਾਸੀ ਵੀ ਤਰਨ ਲਗਾ ਕੇ ਬੈਠੇ ਨੇ ਤੇ ਫੈਕਟਰੀ ਵੀ ਲੰਬੇ ਸਮੇਂ ਤੋਂ ਬੰਦ ਪਈ ਹੈ ਜਿਦੇ ਕਰਕੇ ਕਾਫੀ ਰੇੜਕਾ ਇਹਨਾਂ ਦੋਵਾਂ ਦਰਮਾਨ ਬਣਿਆ ਹੋਇਆ ਜੀ ਇਹ ਲਗਾਤਾਰ ਬਣਿਆ ਹੋਇਆ ਹੈ ਜੀ ਕਿਉਂਕਿ ਉਹ ਕਹਿੰਦੇ ਆ ਕਿ ਪਾਣੀ ਦੂਸ਼ਿਤ ਹੋਇਆਗਾ ਹੂੰ ਦੂਸ਼ਿਤ ਪਾਣੀ ਪੀਣ ਯੋਗ ਨਹੀਂ ਉੱਥੇ ਬਿਮਾਰੀਆਂ ਫੈਲ ਰਹੀਆਂ ਨੇ ਹੂੰ ਦੇਖਦੇ ਆਂ ਇਹ ਕਮੇਟੀ ਜਾ ਕੇ ਉਹ ਕੀ ਫੈਸਲਾ ਕਰਦੀ ਆ ਕੀ ਨਹੀਂ ਕਰਦੀ ਜਿਹੜਾ ਕਹਿੰਦੇ ਆ ਕਰੋੜਾਂ ਦਾ ਨੁਕਸਾਨ ਹੋ ਗਿਆ 20 ਕਰੋੜ ਦਾ ਪੰਜਾਬ ਦਾ ਨੁਕਸਾਨ ਹੋ ਗਿਆ ਜਿਹੜਾ ਉਹਨਾਂ ਨੂੰ ਹਰਜਾਨਾ ਦਵਾਤਾ ਹੂੰ ਸੋ ਇਹ ਜਿਹੜੀ ਗੱਲ ਆ ਆਪਣੇ ਆਪ ਦੇ ਵਿੱਚ ਕਾਫੀ ਮਾਹਰ ਹੈ ਇਹਨਾਂ ਦੀ ਰਿਪੋਰਟ ਤੇ ਉੱਤੇ ਕੀ ਸੰਤੁਸ਼ਟੀ ਉਹਨਾਂ ਲੋਕਾਂ ਨੂੰ ਹੁੰਦੀ ਆ ਜਾਂ ਨਹੀਂ ਸਮਾਂ ਦੱਸੇਗਾ ਤੁਸੀਂ ਮੈਨੂੰ ਪਹਿਲਾ ਸਵਾਲ ਪੁੱਛਿਆ ਸੀ ਨੌਰੌਜਾ ਦਾ ਹੂੰ ਅਸਲ ਦੇ ਵਿੱਚ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਰੋਡ ਸ਼ੋਅ ਕੀਤਾ ਜਿਹੜਾ ਜੇਪੀ ਨੱਡਾ ਨੇ ਉਹਨਾਂ ਦੇ 3 ਸਾਲ ਪੂਰੇ ਹੋ ਗਏ ਸੀ ਕੱਲ ਭਾਰਤੀ ਜਨਤਾ ਪਾਰਟੀ ਨੇ ਮੀਟਿੰਗ ਕੀਤੀ ਆਪਦੇ ਕਾਰਕੁਨਾਂ ਨਾਲ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਨਾਉ ਦੇ ਨਾਉ ਰਾਜ ਜਿਤਨ ਨੇ ਹੂੰ ਜਿੱਥੇ ਪਹਿਲਾਂ ਹੀ ਭਾਜਪਾ ਹੈ ਉਥੇ ਉਸ ਤਰੀਕੇ ਨਾਲ ਕੰਮ ਕਰੋ ਤੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਉਥੇ ਭਾਜਪਾ ਦੀਆਂ ਸਰਕਾਰਾਂ ਬਣਾਉਣ ਵਾਸਤੇ ਹੋਰ ਸਖਤ ਮਿਹਨਤ ਕੀਤੀ ਜਾਵੇ ਲੋਕ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿੱਤ ਦਾ ਇੱਕ ਜਾਦੂ ਹੂੰ ਇਹਨਾਂ ਲੋਕਾਂ ਨੂੰ ਦੱਸਿਆ ਜੀ ਜੀ ਬਿਲਕੁਲ ਜੀ ਸਮਾਂ ਕਾਫੀ ਘਟ ਰਿਹਾ ਹੈ ਕੋਲਰ ਵੀ ਲਾਈਨ ਦੇ ਉੱਤੇ ਨੇ ਹੈਲੋ ਤੁਹਾਨੂੰ ਮਜਜੇ ਤੇ ਤੇ ਲੋ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਵਾਗਤ ਹੈ ਜੀ ਜੀ ਪਾਵਣ ਬੋਲਦਾ ਜੀ ਜੀ ਤੁਹਾਨੂੰ ਜਿਹੜਾ ਮਤਲਬ YouTube ਚੈਨਲ ਸ੍ਰੋਮਣੀ ਕਮੇਟੀ ਉਹ ਆ ਸਵੇਰ ਤੋਂ ਭੁੱਲਿਆ ਸ਼ਾਮ ਨੂੰ ਕਰ ਜਾਵੇ ਤੇ 7 ਮਹੀਨੇ ਲੰਘ ਗਏ ਉਹਨਾਂ ਨੇ ਅਸੀਂ ਕੀ ਕਹੀਏ ਤੇ ਦੂਜਾ ਸਾਹ ਤੁਸੀਂ ਜ਼ਿਕਰ ਕੀਤਾ ਆਪਣੇ ਅਰੋਗੰਦੀ ਦਾ ਮਿਲਿਆ ਕਾਸ਼ੀਰਾਮ ਦੀ ਭੈਣ ਨੂੰ ਕਿ ਇਹ ਜਿੰਨੀ ਚੋਣ ਤੇ ਲੱਛਣ ਲਾ ਸਕਣੇ ਰੱਖਣ ਵੀ ਮਤਲਬ ਕਿ ਉਹ ਸ਼ਾਂਤ ਦੇ ਬਚਣਾ ਦਾ ਸਮਝਾਉਦਾ ਇਹਨਾਂ ਹੋ ਜਾਂਦਾ ਬਹੁਜਮ ਸਮਾਜ ਪਾਰਟੀ ਦਾ ਕਾਰਜ ਵੀ ਹੋ ਜਾਂਦਾ ਜਦ ਜਿੰਨੀ ਚੋਣ ਚ ਧੰਨਵਾਦ ਜੀ ਕੋਈ ਚੀਜ਼ ਵੀ ਸਬਬ ਹੋ ਸਕਦੀ ਹੈ ਜੀ ਰਾਜਨੀਤੀ ਦੇ ਵਿੱਚ ਵੈਸੇ ਅਕਾਲੀਆਂ ਨਾਲ ਉਹਨਾਂ ਦਾ ਘਟ ਬੰਦਣਾ ਅਜੇ ਅਕਾਲੀਆਂ ਨਾਲ ਕਿਉਂਕਿ ਬੀਬੀ ਮਾਇਆਬੱਤੀ ਕਹਿ ਚੁੱਕੀ ਹੈ ਨਾ ਕਿ ਅਸੀਂ ਕਿਸੇ ਨਾਲ ਨਹੀਂ ਕਰਾਂਗੇ ਅਲ ਇਕੱਲੇ ਲੜਾਂਗੇ ਚੋਣਾ ਪਰ ਉਹ ਪੰਜਾਬ ਦੇ ਸੰਦਰਭ ਦੇ ਵਿੱਚ ਕਹਿੰਦੇ ਜੀ ਥੋੜਾ ਜਿਹਾ ਅਜੇ ਨਹੀਂ ਪੰਜਾਬ ਵਾਲਾ ਬੀਬੀ ਮਾਇਆਬੱਤੀ ਦਾ ਜੇ ਕੋਈ ਬਿਆਨ ਨਹੀਂ ਆਇਆ ਉਨ੍ਹਾਂ ਦੇ ਕੋਆਰਡੀਨੇਟਰ ਨੇਗੇ ਰਣਧੀਰ ਸਿੰਘ ਬੈਣੀਪਾਲ ਉਨ੍ਹਾਂ ਦਾ ਬਿਆਨ ਆਇਆ ਜਾਂ ਡਾਕਟਰ ਦਲਜੀਤ ਸਿੰਘ ਚੀਵਾ ਅਕਾਲੀ ਦਲ ਵਾਲਿਆਂ ਦਾ ਆਇਆ ਅਜੇ ਤੱਕਰ ਬੀਬੀ ਮਾਇਆਬਤੀ ਦੀ ਤਰਫ ਤੋਂ ਕੋਈ ਐਸ ਕਿਸਮ ਦਾ ਬਿਆਨ ਕਿ ਉਹ ਆਪਣੇ ਬਿਆਨ ਤੋਂ ਪਿੱਛੇ ਟੱਗ ਕੇ ਜੂਟਰਨ ਮਾਰ ਲਿਆ ਨਹੀਂ ਆਇਆ ਤੇ ਉਹਨਾਂ ਜਨਮ ਦਿਨ ਸੀ ਉਹਨਾਂ ਦਾ ਪਰਸੋਂ ਜਿਸ ਵੇਲੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਅਸੀਂ ਇਕੱਲਿਆਂ ਚੋਣ ਲੜਾਂਗੇ ਜੀ ਤੇ ਮਹਾਮਾਰੀ ਦਾ ਇੱਕ ਵਾਰ ਫੇਰ ਪ੍ਰਕੋਪ ਵਧਦਾ ਹੋਇਆ ਨਜ਼ਰ ਆਇਆ ਸੀਗਾ ਪਰ ਅਜੇ ਤੱਕ ਇੰਨੇ ਕ ਕੇਸ ਨਹੀਂ ਆਏ ਪੰਜਾਬ ਦੇ ਵਿੱਚ ਕੱਲ ਸ਼ਾਇਦ ਮੋਗਾ ਦੇ ਵਿੱਚ ਇੱਕ ਅਦਾ ਕੇਸ ਸਾਹਮਣੇ ਆਇਆ ਹੈ ਕਰੋਨਾ ਦਾ ਤੇ ਦੂਜੇ ਪਾਸੇ ਲੈਬ ਪਟਿਆਲਾ ਦੇ ਮੈਡੀਕਲ ਕਾਲਜ ਦੇ ਵਿੱਚ ਇੱਕ ਬਣੀ ਹੋਈ ਹੈ ਜਿੱਥੇ ਟੈਸਟ ਹੁੰਦੇ ਨੇ ਤੇ ਉੱਥੇ ਇੱਕ ਜੀਨੋਮ ਟੈਸਟਿੰਗ ਕਿੱਟ ਹੁੰਦੀ ਹੈ ਉਹ ਟੈਸਟਿੰਗ ਕਿੱਟ ਆ ਜਿਹੜੀ ਉਹ ਇੱਥੇ ਆ ਹੀ ਨਹੀਂ ਰਹੀ ਜਿਹਦੇ ਨਾਲ ਪਤਾ ਲੱਗਦਾ ਹੈ ਕਿ ਅਸਲ ਦੇ ਵਿੱਚ ਕਰੋਨਾ ਦਾ ਕਿਹੜਾ ਵਾਇਰਸ ਆ ਜਿਵੇਂ ਅਲੱਗ-ਅਲੱਗ ਨਾਮ ਦਿੱਤੇ ਗਏ ਸੀ ਵਾਇਰਸ ਨੂੰ ਉਹਨਾਂ ਦੇ ਵਿੱਚੋਂ ਕਿਹੜਾ ਹੈ ਤੇ ਦੂਜੇ ਪਾਸੇ ਇੱਕ ਆਰਟੀਆਈ ਪਾਈ ਗਈ ਸੀਗੀ ਤੂ ਦੇ ਵਿੱਚ ਸਰਕਾਰ ਨੇ ਵੀ ਮੰਨਿਆ ਹੈ ਕਿ ਜਿਹੜੀ ਵੈਕਸੀਨ ਮਹਾਮਾਰੀ ਤੋਂ ਬਚਣ ਵਾਸਤੇ ਦਿੱਤੀ ਗਈ ਸੀ ਉਹਦੇ ਕਾਫੀ ਬੁਰੇ ਪ੍ਰਭਾਵ ਵੀ ਨੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਕਿਟਾ ਜਿਹੜੀ ਇਹ ਇਹ ਨਿਵੇੜਾ ਕਰਦੀ ਹੈ ਕਿ ਇਹ ਕਿਹੜੇ ਵਾਇਰਸ ਦਾ ਤੋਂ ਪ੍ਰਭਾਵਿਤ ਹੈ ਉਹ ਇੱਥੇ ਆ ਨਹੀਂ ਰਹੀ ਇਹ ਸਿਹਤ ਮੰਤਰੀ ਸਾਹਿਬ ਦਾ ਜਿਲ੍ਹਾ ਹੂੰ ਪੰਜਾਬ ਦੇ ਪਹਿਲੇ ਸਿਹਤ ਮੰਤਰੀ ਨੂੰ ਛੱਡ ਕੇ ਦੂਜੇ ਵੀ ਇਸ ਜਿਹੜੇ ਨਾਲ ਸੰਬੰਧ ਸੀ ਤੇ ਹੁਣ ਵਾਲੇ ਵੀ ਇਸ ਜਿਹੜੇ ਨਾਲ ਸੰਬੰਧਿਤ ਹੈ ਜੀ ਇਦਾ ਜਵਾਬ ਤਾਂ ਸਿਹਤ ਮੰਤਰੀ ਨੂੰ ਦੇਣਾ ਚਾਹੀਦਾ ਕਿ ਕਿਉਂ ਨਹੀਂ ਆ ਰਹੀ ਦੂਜੀ ਗੱਲ ਜਿਹੜੀ ਆਰਟੀਆਈ ਦੇ ਰਾਹੀਂ ਇੱਕ ਸੂਚਨਾ ਮੰਗੀ ਗਈ ਸੀ ਧਰਮਿੰਦਰ ਜੀ ਉਹ ਸੂਚਨਾ ਦੇ ਮੁਤਾਬਕ ਜਿਹੜਾ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਹੈ ਜੀ ਜਿਹਦਾ ਨਾਮ ਹੈ ਸੀ ਡੀ ਐਸ ਸੀਓ ਹੂੰ ਇੰਡੀਅਨ ਮੈਡੀਕਲ ਇੰਡੀਅਨ ਕਾਉਂਸਲ ਜਿਹੜੀ ਮੈਡੀਕਲ ਕਾਉਂਸਲ ਹੈ ਉਹਨਾਂ ਨੇ ਅਗੋਦੇ ਵਿੱਚ ਜਵਾਬ ਦਿੱਤਾ ਤੇ ਜਵਾਬ ਇਹ ਆਇਆ ਕਿ ਹਾਂ ਜਿਹੜੀ ਕਰੋਨਾ ਵੈਕਸੀਨ ਬਣੀ ਸੀ ਉਹਦੇ ਵਿੱਚ ਕੋ-ਵੈਕਸੀਨ ਹੈ ਜਿਹੜੀ ਉਹਦੇ ਕੁਝ ਮਾੜੇ ਪ੍ਰਭਾਵ ਵੀ ਮਨੁੱਖੀ ਸਿਹਤ ਦੇ ਉੱਤੇ ਪੈ ਰਹੇ ਨੇ ਇਹ ਸਿਹਤ ਮੰਤਰਾਲੇ ਨੇ ਪਹਿਲਾਂ ਕਿਉਂ ਨਾ ਦੱਸਿਆ ਹੂੰ ਤੇ ਜੇ ਕਿਸੇ ਵਿਅਕਤੀ ਨੇ ਸੂਚਨਾ ਦੇ ਅਧਿਕਾਰ ਖੇਤਰ ਤਹਿਤ ਇਹਦੀ ਜਾਣਕਾਰੀ ਮੰਗ ਲਈ ਤੇ ਹੁਣੇ ਦੱਸਦੇ ਆ ਰਹੇ ਨੇ। ਹੂੰ। ਇਸ ਬਾਰੇ ਇਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ। ਸੁਚੇਤ ਕਰਨਾ ਚਾਹੀਦਾ ਸੀ। ਜੀ। ਟੋਲ ਸਾਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨ। ਧੰਨਵਾਦ ਆ ਸਾਡੇ ਦਰਸ਼ਕਾਂ ਦਾ, ਸਾਡੇ ਕਾਲਰਸ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡਾ ਪ੍ਰੋਗਰਾਮ ਦੇਖਿਆ ਸੁਣਿਆ, ਚੱਲਦੇ ਪ੍ਰੋਗਰਾਮ ਦੇ ਦੌਰਾਨ ਸਾਨੂੰ ਕਾਲ ਕੀਤੀ, ਕਮੈਂਟ ਕੀਤੇ, ਸੁਝਾਅ ਦਿੱਤੇ। ਸੋ ਦਰਸ਼ਕਾਂ ਨੂੰ ਅਪੀਲ ਹੈ ਕਿ ਖਬਰਾਂ ਦਾ ਸਿਰਾ ਪ੍ਰੋਗਰਾਮ ਨੂੰ ਤੁਸੀਂ ਜਿੰਨਾ ਪਿਆਰ ਦਿੱਤਾ ਉਸੇ ਤ ਲੋਕਾਂ ਤੱਕ ਪਹੁੰਚਾ ਦਿਓ ਕਾਰਨ ਇਹ ਕਿ ਦੋਵਾਂ ਪ੍ਰੋਗਰਾਮਾਂ ਦਾ ਅਸੀਂ ਸਮਾਂ ਤਬਦੀਲ ਕੀਤਾ ਹੈ ਖਬਰਾਂ ਦਾ ਸਿਰਾ ਸਵੇਰੇ 7 ਤੋਂ 8 ਵਜੇ ਤੱਕ ਹੈ ਤੇ ਦੂਜੇ ਪਾਸੇ ਸਿਆਸੀ ਕਮਾਂਸਾਨ ਦੁਪਹਿਰੇ 1 ਤੋਂ 2 ਵਜੇ ਤੱਕ ਹੈ ਦੋਵੇਂ ਭਾਰਤੀ ਸਮੇਂ ਮੁਤਾਬਕ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੋ ਜੰਨੇ ਆ ਸੋ ਦੋਵਾਂ ਪ੍ਰੋਗਰਾਮਾਂ ਨੂੰ ਪੂਰਾ ਤੁਸੀਂ ਪੂਰੀ ਤਰ੍ਹਾਂ ਨਾਲ ਲੋਕਾਂ ਤੱਕ ਜ਼ਰੂਰ ਪਹੁੰਚਾਓ ਇਹਨੂੰ ਸ਼ੇਅਰ ਕਰਿਆ ਕਰੋ ਤੇ ਸਿਆਸੀ ਕਮਾਂਸਾਨ ਪ੍ਰੋਗਰਾਮ ਜਿਹੜਾ ਇਸ ਵੇਲੇ ਹੁਣ ਚੱਲ ਰਿਹਾ ਹੈ ਇਹਦਾ ਲਿੰਕ ਬਣਾ ਕੇ ਜ਼ਰੂਰ ਸਾਂਝਾ ਕਰਿਆ ਕਰੋ ਡੀ5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਕੱਲ ਇਸੇ ਤਰ੍ਹਾਂ ਨਵੀਆਂ ਖਬਰਾਂ ਤਾਜ਼ਾ ਮੁੱਦੇ ਲੈ ਕੇ ਇਸੇ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਧੰਨਵਾਦ